ਸਤਿ ਸ਼੍ਰੀ ਅਕਾਲ, ਅਸਲ ਮੁੱਦੇ ਵਿੱਚ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਦੇ ਮੁੱਦੇ ਵਿੱਚ ਗੱਲ ਕਰਾਂਗੇ ਆਪਾਂ ਬਾਬਾ ਸ਼ੇਖ ਫਰੀਦ ਜੀ ਦੇ ਬਾਰੇ। ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਹੈ ਅੱਜ ਦਾ ਮੁੱਦਾ। ਦੱਸ ਦਈਏ ਕਿ ਜਿਹੜੇ ਬਾਬਾ ਫਰੀਦ ਜੀ ਸਨ, ਬਾਬਾ ਸ਼ੇਖ ਫਰੀਦ ਜੀ ਸਨ, ਉਹਨਾਂ ਦੀ ਜਿਹੜੀ ਉਹਨਾਂ ਦੀ ਲਿਖਤ ਬਾਣੀ ਹੈ ਉਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਉਹਨੂੰ ਸ਼ਾਮਿਲ ਕੀਤਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਬਾਬਾ ਸ਼ੇਖ ਫਰੀਦ ਜੀ ਦੀ ਬਾਣੀ ਦਰਜ ਹੈ। ਚਾਰ ਸ਼ਬਦ ਅਤੇ 112 ਸਲੋਕ ਬਾਬਾ ਸ਼ੇਖ ਫਰੀਦ ਜੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ। ਪੰਜਾਬ ਵਿੱਚ ਫਰੀਦਕੋਟ ਵਿੱਚ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਇੱਕ ਬਹੁਤ ਜ਼ਿਆਦਾ ਵੱਡਾ ਮੇਲਾ ਲੱਗਦਾ ਹੈ ਅਤੇ ਇਹ ਮੇਲਾ ਇਸ ਸਮੇਂ ਚੱਲ ਰਿਹਾ ਅਤੇ ਬਾਬਾ ਫਰੀਦਕੋਟ ਸ਼ਹਿਰ ਹੈ ਜਿਹੜਾ ਉਹਦਾ ਨਾਮ ਵੀ ਬਾਬਾ ਸ਼ੇਖ ਫਰੀਦ ਜੀ ਦੇ ਨਾਮ 'ਤੇ ਰੱਖਿਆ ਗਿਆ। ਇਹ ਤੁਹਾਨੂੰ ਖਾਸ ਤੌਰ 'ਤੇ ਦੱਸ ਦੇਵਾਂ ਕਿ ਜਿਹੜਾ ਫਰੀਦਕੋਟ ਹੈ 12ਵੀਂ ਸਦੀ ਦੇ ਮੱਧ ਦੇ ਵਿੱਚ ਜਿਹੜਾ ਇਹ ਸ਼ਹਿਰ ਹੈ ਇਹ ਵਸਾਇਆ ਗਿਆ ਸੀ। ਮੋਕਲ ਪੱਟੀ ਰਾਜਾ ਸੀ ਜੋ ਉਸ ਸਮੇਂ, ਉਸ ਰਾਜੇ ਨੇ ਇਹ ਸ਼ਹਿਰ ਵਸਾਇਆ ਸੀ ਅਤੇ ਇਸ ਸ਼ਹਿਰ ਦਾ ਨਾਮ ਫਰੀਦਕੋਟ ਨਹੀਂ ਸਗੋਂ ਮੋਕਲਪੁਰ ਸੀ, ਜਾਂ ਫਿਰ ਮੋਕਲ ਨਗਰ ਵੀ ਕਹਿੰਦੇ ਸੀ ਇਸ ਸ਼ਹਿਰ ਨੂੰ। ਤਾਂ ਉਸ ਤੋਂ ਬਾਅਦ ਜਦੋਂ ਉੱਥੇ ਬਾਬਾ ਸ਼ੇਖ ਫਰੀਦ ਜੀ ਗਏ ਤਾਂ ਬਾਬਾ ਸ਼ੇਖ ਫਰੀਦ ਜੀ ਦੀ ਸ਼ਖਸੀਅਤ ਤੋਂ ਮੋਕਲ ਪੱਟੀ ਜੋ ਰਾਜਾ ਸੀ ਉਹ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਉਸਨੇ ਆਪਣੇ ਸ਼ਹਿਰ ਦਾ ਨਾਮ ਹੀ ਫਰੀਦਕੋਟ ਰੱਖ ਦਿੱਤਾ। ਇਸੇ ਦੇ ਬਾਰੇ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਅਤੇ ਗੱਲਬਾਤ ਦੇ ਲਈ ਸਾਡੇ ਨਾਲ ਸਟੂਡੀਓ ਵਿੱਚ ਡਾਕਟਰ ਸੁਖਦੇਵ ਸਿੰਘ ਸਿਰਸਾ ਜੀ ਮੌਜੂਦ ਨੇ, ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਇਹੀ ਜਿਹੜਾ ਫਰੀਦਕੋਟ ਵਿੱਚ ਮੇਲਾ ਲੱਗਦਾ ਹੈ ਉਹ ਮੇਲੇ ਦੀਆਂ ਰੌਣਕਾਂ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਦੇਖੋ, ਬੜੇ ਲੰਬੇ ਅਰਸੇ ਤੋਂ ਫਰੀਦਕੋਟ ਵਿੱਚ ਬਾਬਾ ਫਰੀਦ ਸੁਸਾਇਟੀ ਬਣੀ ਹੋਈ ਹੈ ਜਿਹੜੀ ਹਰ ਸਾਲ ਬਾਬਾ ਫਰੀਦ ਦੀ ਯਾਦ ਵਿੱਚ 5 ਦਿਨ ਦਾ ਮੇਲਾ ਮਨਾਉਂਦੀ ਆ, ਜਿਹਦੇ ਵਿੱਚ ਪੰਜਾਬ ਦੀਆਂ ਵਿਰਾਸਤੀ ਖੇਡਾਂ ਹੁੰਦੀਆਂ ਨੇ, ਬਹੁਤ ਸਾਰੇ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਨੇ, ਸੈਮੀਨਾਰਸ ਹੁੰਦੇ ਨੇ ਅਤੇ ਬੜੀ ਵੱਡੀ ਗਿਣਤੀ 'ਚ ਲੋਕ ਬਾਬਾ ਫਰੀਦ ਨੂੰ ਉੱਥੇ ਅਕੀਦਤ ਪੇਸ਼ ਕਰਨ ਆਉਂਦੇ ਨੇ। ਨਾ ਕੇਵਲ ਫਰੀਦਕੋਟ, ਸਾਡੇ ਆਸ ਪਾਸ ਬਹੁਤ ਸਾਰੀਆਂ ਐਸੀਆਂ ਥਾਵਾਂ ਨੇ ਜਿਨ੍ਹਾਂ ਦਾ ਸੰਬੰਧ ਬਾਬਾ ਫਰੀਦ ਨਾਲ ਰਿਹਾ। ਬਾਬਾ ਫਰੀਦ ਲੰਮਾ ਸਮਾਂ ਦਿੱਲੀ 'ਚ ਰਹੇ, ਦਿੱਲੀ ਤੋਂ ਬਾਅਦ 12 ਸਾਲ ਹੰਸੀ 'ਚ ਰਹੇ। 4 ਕੁਤਬ ਦੀ ਨਾਂ ਦੀ ਜਗ੍ਹਾ ਹੈ ਜਿੱਥੇ ਬਾਬਾ ਰਹੇ, ਜਿੱਥੇ ਬਾਬਾ ਨੇ ਕਾਫੀ ਲੰਮਾ ਸਮਾਂ ਅਧਿਐਨ ਕੀਤਾ। ਫਿਰ ਦਸਵ ਨਾਂ ਦੀ ਜਗ੍ਹਾ ਹੈ ਦਿੱਲੀ ਦੇ ਲਾਗੇ, ਉੱਥੇ ਵੀ ਬਾਬਾ ਫਰੀਦ ਦੇ ਵੰਸ਼ ਵਿੱਚੋਂ ਰਹਿੰਦੇ ਨੇ ਲੋਕ, ਉੱਥੇ ਵੀ ਹਰ ਸਾਲ ਉਰਸ ਮਨਾਉਂਦੇ ਨੇ। ਇਸ ਤਰ੍ਹਾਂ ਮੁਲਤਾਨ, ਪਾਕਪਟਨ, ਬਹੁਤ ਸਾਰੀਆਂ ਥਾਵਾਂ ਨੇ ਜਿਹੜੀਆਂ ਜਿੱਥੇ ਬਾਬਾ ਫਰੀਦ ਨੂੰ ਦੀ ਆਮਦ ਹੋਈ ਅਤੇ ਉਹਨਾਂ ਦੀ ਯਾਦ ਵਿੱਚ ਉਰਸ ਜਾਂ ਮੇਲੇ ਮਨਾਏ ਜਾਂਦੇ ਨੇ ਜੀ। ਅਤੇ ਫਰੀਦਕੋਟ ਵਿੱਚ ਜਿਹੜਾ ਇਸ ਸਮੇਂ ਮੇਲਾ ਲੱਗਦਾ ਹੈ ਅਤੇ ਉੱਥੇ ਕੀ ਕੁਝ ਖਾਸ ਉਸ ਮੇਲੇ ਦੇ ਵਿੱਚ ਹੁੰਦਾ ਹੈ ਕਿ ਵੱਡੀ ਗਿਣਤੀ 'ਚ ਦੇਸ਼ ਵਿਦੇਸ਼ ਤੋਂ ਉੱਥੇ ਲੋਕ ਪਹੁੰਚਦੇ ਨੇ? ਅਸਲ 'ਚ ਇਸ ਮੇਲੇ ਦੇ ਵਿੱਚ ਜਿਹੜਾ ਬਹੁਤ ਵੱਡਾ ਇਸ ਮੇਲੇ ਦਾ ਜਿਹੜਾ ਅਟ੍ਰੈਕਸ਼ਨ ਦਾ ਕਾਰਨ ਹੈਗਾ ਉਹ ਹੈਗਾ ਪੰਜਾਬ ਦੀਆਂ ਵਿਰਾਸਤੀ ਖੇਡਾਂ ਜੀ, ਅਤੇ ਇਹਦੇ ਨਾਲ ਨਾਲ ਜਿਹੜੀਆਂ ਆਧੁਨਿਕ ਖੇਡਾਂ। ਇਸ ਤੋਂ ਬਿਨਾਂ ਉੱਥੇ ਐਗਜੀਬਿਸ਼ਨਸ ਲੱਗਦੀਆਂ ਕਿਤਾਬਾਂ ਦੀਆਂ, ਉੱਥੇ ਡਰਾਮੇ ਹੁੰਦੇ ਨੇ, ਉੱਥੇ ਗੀਤ ਸੰਗੀਤ ਦਾ ਪ੍ਰੋਗਰਾਮ ਹੁੰਦਾ ਆ ਅਤੇ ਬਹੁਤ ਗੰਭੀਰ ਸੈਮੀਨਾਰ ਹੁੰਦਾ ਬਾਬਾ ਫਰੀਦ ਦੀ ਬਾਣੀ ਨੂੰ ਲੈ ਕੇ ਜਾਂ ਬਾਬਾ ਫਰੀਦ ਦੀ ਅੱਜ ਦੀ ਪ੍ਰਸੰਗਕਤਾ ਨੂੰ ਲੈ ਕੇ ਜਾਂ ਬਾਬਾ ਫਰੀਦ ਨਾਲ ਜੁੜੇ ਮਸਲਿਆਂ ਨੂੰ ਲੈ ਕੇ। ਸੋ ਇਸ ਮੇਲੇ 'ਚ ਜਿਹੜਾ ਵੱਡਾ ਅਟ੍ਰੈਕਸ਼ਨ ਹੈਗਾ ਉਹ ਆਮ ਲੋਕ, ਸਧਾਰਨ ਲੋਕ ਪੰਜਾਬ ਦੇ, ਉਹ ਬਾਬਾ ਫਰੀਦ ਨੂੰ ਉਸੇ ਤਰ੍ਹਾਂ ਦੀ ਅਕੀਦਤ ਪੇਸ਼ ਕਰਦੇ ਨੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸਿੱਖ ਫਰੀਦ ਆਪਣੇ ਸਿੱਖ ਗੁਰੂ ਸਾਹਿਬਾਨ ਦਾ ਆਦਰ ਸਤਿਕਾਰ ਕੀਤਾ ਜਾਂਦਾ ਆ। ਬਾਬਾ ਸ਼ਬਦ ਹੀ ਫਾਰਸੀ ਦਾ ਸ਼ਬਦ ਆ ਅਤੇ ਜਿਹਦੇ ਤੋਂ ਅਸੀਂ ਆਪਣੇ ਗੁਰੂਆਂ ਦੇ ਨਾਲ ਵੀ ਬਾਬਾ ਲਾਉਣਾ ਸ਼ੁਰੂ ਕਰ ਲਿਆ ਜੀ, ਜਿਵੇਂ ਬਾਬਾ ਨਾਨਕ ਅਸੀਂ ਅਕਸਰ ਸ਼ਬਦ ਵਰਤ ਲੈਂਦੇ ਹਾਂ। ਪੰਜਾਬ ਦੇ ਅਵਚੇਤਨ 'ਚ ਬਾਬਾ ਫਰੀਦ ਦਾ ਉਹੀ ਰੁਤਬਾ ਹੈ ਜੋ ਸਾਡੇ ਸਿੱਖ ਗੁਰੂ ਸਾਹਿਬਾਨ ਦਾ ਰੁਤਬਾ ਆ ਜੀ। ਤੁਹਾਨੂੰ ਦੱਸ ਦਈਏ ਕਿ ਜਿਹੜੇ ਬਾਬਾ ਸ਼ੇਖ ਫਰੀਦ ਜੀ ਸਨ ਉਹ ਮੁਲਤਾਨ ਤੋਂ ਸੀ, ਮੁਲਤਾਨ ਦੇ ਵਿੱਚ ਉਸ ਸਮੇਂ ਜਿਹੜਾ ਇਸ ਸਮੇਂ ਮੁਲਤਾਨ ਪਾਕਿਸਤਾਨ ਦੇ ਵਿੱਚ ਹੈ ਉੱਥੋਂ ਸੀ, ਅਤੇ ਬਾਬਾ ਸ਼ੇਖ ਫਰੀਦ ਜੀ ਨੇ ਜਿਹੜੀ ਬਾਣੀ ਲਿਖੀ ਹੈ ਉਹ ਜਿਹੜੀ, ਸਭ ਤੋਂ ਪਹਿਲਾਂ ਤੁਹਾਨੂੰ ਇੱਕ ਹੋਰ ਖਾਸ ਗੱਲ ਇੱਥੇ ਦੱਸ ਦਈਏ ਕਿ ਪੰਜਾਬੀ ਦੇ ਜਿਹੜੇ ਸਭ ਤੋਂ ਪਹਿਲੇ ਪੰਜਾਬੀ ਭਾਸ਼ਾ ਦੇ ਵਿੱਚ ਕਵੀ ਹੋਏ ਨੇ, ਲਿਖਣ ਵਾਲੇ ਪੰਜਾਬੀ ਦੇ ਵਿੱਚ ਕੋਈ ਕਾਵਿ ਲਿਖਿਆ ਗਿਆ ਉਹ ਬਾਬਾ ਸ਼ੇਖ ਫਰੀਦ ਜੀ ਨੇ ਲਿਖਿਆ ਸੀਗਾ? ਦੇਖੋ, ਇਹ ਅਕਸਰ ਇਹ ਕਿਹਾ ਜਾਂਦਾ ਕਿ ਭਾਰਤੀ ਬੋਲੀਆਂ ਦੇ ਵਿੱਚ ਲਿਖਣ ਦੀ ਪਰੰਪਰਾ ਇੱਥੇ ਬਾਹਰੋਂ ਆਉਣ ਵਾਲੇ ਸੂਫੀਆਂ ਨੇ ਪਾਈ। ਜਿਸ ਤਰ੍ਹਾਂ ਅਸੀਂ ਮੰਨਦੇ ਹਾਂ ਕਿ ਪਸ਼ਤੋ ਦਾ ਪਹਿਲਾ ਲੇਖਕ ਜਾਂ ਪਸ਼ਤੋ ਦਾ ਪਹਿਲਾ ਕਵੀ ਇੱਕ ਸੂਫੀ ਮੁਸਲਮਾਨ ਦਰਵੇਸ਼ ਸੀ, ਇਸੇ ਤਰ੍ਹਾਂ ਸਿੰਧ ਦਾ ਪਹਿਲਾ ਕਵੀ ਸੂਫੀ ਸੀ ਸਿੰਧੀ ਭਾਸ਼ਾ 'ਚ ਲਿਖਣ ਵਾਲਾ, ਪੰਜਾਬੀ 'ਚ ਲਿਖਣ ਵਾਲਾ। ਹਾਲਾਂਕਿ ਅਸੀਂ ਕੁਝ ਨਾਰਥ ਸਾਹਿਤ ਨੂੰ ਵੀ ਪੰਜਾਬੀ ਵਿੱਚ ਸ਼ਾਮਿਲ ਕਰ ਲੈਂਦੇ ਹਾਂ, ਪਰ ਉਹ ਸਿਰਫ ਸਾਡੇ ਕੋਲ ਮੌਖਿਕ ਰੂਪ 'ਚ ਆਇਆ। ਜੇ ਕੋਈ ਬਾਣੀ ਸਾਡੇ ਕੋਲ ਪ੍ਰਮਾਣਿਕ ਰੂਪ 'ਚ ਸਾਂਭੀ ਹੋਈ ਮਿਲਦੀ ਆ ਤਾਂ ਪੰਜਾਬੀ ਦਾ ਪਹਿਲਾ ਕਵੀ ਜਾਂ ਪੰਜਾਬੀ ਦਾ ਪਹਿਲਾ ਲੇਖਕ ਹੋਣ ਦਾ ਮਾਣ ਵੀ ਬਾਬਾ ਫਰੀਦ ਨੂੰ ਜਾਂਦਾ ਆ, ਕਿਉਂਕਿ ਬਾਬਾ ਫਰੀਦ ਨੇ ਸਾਡੇ ਇੱਕ ਖਾਸ ਖਿੱਤੇ ਦੀ ਬੋਲੀ ਜਿਹਨੂੰ ਕਦੇ ਅਸੀਂ ਮੁਲਤਾਨੀ, ਝਾਂਗੀ, ਲਹਿੰਦੀ ਕਹਿੰਦੇ ਰਹੇ ਜਾਂ ਅੱਜ ਜਿਸ ਖਿੱਤੇ ਦੀ ਬੋਲੀ ਨੂੰ ਅਸੀਂ ਸਰਾਇਕੀ ਕਹਿੰਦੇ ਹਾਂ, ਇਹ ਪੰਜਾਬੀ ਭਾਸ਼ਾ ਦੇ ਹੀ ਇੱਕ ਅੰਗ ਆ, ਇੱਕ ਰੂਪ ਆ।
ਇਹਦੇ 'ਚ ਲਿਖਣ ਦੀ ਪਿਰਤ ਬਾਬਾ ਫਰੀਦ ਨੇ ਪਾਈ। ਹਿੰਦੀ ਦਾ ਪਹਿਲਾ ਕਵੀ ਮੁੱਲਾ ਦਾਊਦ ਸੀ, ਜਿਹਦੀ ਕਿਤਾਬ ਮਿਲਦੀ ਆ ਲੋਰ ਚਨਾਨੀ। ਹੋਰ ਬਹੁਤ ਸਾਰੀਆਂ ਭਾਰਤੀ ਭਾਸ਼ਾਵਾਂ ਨੇ ਜਿਨ੍ਹਾਂ ਨੇ ਭਾਰਤੀ ਭਾਸ਼ਾਵਾਂ ਦੇ ਵਿੱਚ ਜਿਹੜੀ ਪਹਿਲੀ ਰਚਨਾ ਹੈਗੀ ਆ ਉਹ ਬਾਹਰੋਂ ਆਉਣ ਵਾਲੇ ਸੂਫੀ ਦਰਵੇਸ਼ਾਂ ਨੇ ਕੀਤੀ। ਸਾ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸੂਫੀ ਦਰਵੇਸ਼ ਭਾਵੇਂ ਅਰਬੀ ਅਤੇ ਫਾਰਸੀ ਨੂੰ ਜਾਣਨ ਵਾਲੇ ਸੀ, ਪਰ ਸੂਫੀ ਦਰਵੇਸ਼ ਜਦੋਂ ਪੰਜਾਬ ਦੇ ਵਿੱਚ ਸੈਟਲ ਹੋਣੇ ਸ਼ੁਰੂ ਹੁੰਦੇ ਆ, ਹਿੰਦੁਸਤਾਨ 'ਚ ਉਹ ਵਸਣਾ ਸ਼ੁਰੂ ਕਰਦੇ ਆ, ਤਾਂ ਸੂਫੀ ਦਰਵੇਸ਼ਾਂ ਨੂੰ ਇਸ ਗੱਲ ਦੀ ਸਮਝ ਆ ਗਈ ਸੀ ਕਿ ਜਿਸ ਖਿੱਤੇ 'ਚ ਅਸੀਂ ਰਹਿਣਾ ਆ ਉਸ ਖਿੱਤੇ ਦੇ ਲੋਕਾਂ ਦੀ ਬੋਲੀ 'ਚ ਅਤੇ ਉਹਨਾਂ ਦੇ ਸੱਭਿਆਚਾਰਕ ਮੁਹਾਵਰੇ ਵਿੱਚ ਹੀ ਗੱਲ ਉਹਨਾਂ ਨੂੰ ਸਮਝਾਈ ਜਾ ਸਕਦੀ ਆ। ਇਸ ਕਰਕੇ ਜਿਹੜੇ ਭਾਰਤੀ ਸੂਫੀ ਸੀ ਇਹਨਾਂ ਨੇ ਹਿੰਦੁਸਤਾਨ ਨੂੰ ਜੋੜਨ ਵਾਲਾ ਪਹਿਲਾ ਕੰਮ ਇਹ ਕੀਤਾ ਕਿ ਭਾਰਤ ਦੀਆਂ ਸਥਾਨਕ ਬੋਲੀਆਂ ਵਿੱਚ ਲੋਕ ਇਸਲਾਮ ਦੇ ਲੋਕ ਬੋਲੀਆਂ ਦੇ ਵਿੱਚ ਇਸਲਾਮ ਨਾਲ ਸੰਬੰਧਿਤ ਮਸਲਿਆਂ ਨੂੰ ਬਹੁਤ ਹੀ ਸਰਲ ਦੁਨਿਆਵੀ ਜੀਵਨ 'ਚੋਂ ਉਦਾਹਰਣਾਂ ਦੇ ਕੇ ਸਮਝਾਇਆ, ਕਿਉਂਕਿ ਤਾਂ ਕਿ ਜਿਹੜੇ ਉਹਨਾਂ ਦੇ ਵੱਲੋਂ ਇੱਕ ਜ਼ਿੰਦਗੀ ਜਿਉਣ ਦਾ ਇੱਕ ਜਿਹੜਾ ਚੰਗਾ ਮਨੁੱਖੀ ਜੀਵਨ ਦੇ ਵਾਸਤੇ ਇੱਕ ਜਿਹੜਾ ਸਿੱਖਿਆ ਉਹਨਾਂ ਵੱਲੋਂ ਦਿੱਤੀ ਜਾਂਦੀ ਸੀ ਤਾਂ ਕਿ ਉਹ ਸਿੱਖਿਆ ਦੇ ਆਧਾਰ ਦੇ ਉੱਤੇ ਉਸ ਸਿੱਖਿਆ ਨੂੰ ਚੰਗੀ ਤਰ੍ਹਾਂ ਲੋਕ ਸਮਝ ਸਕਣ, ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਉਹ ਲਾਗੂ ਕਰ ਸਕਣ। ਇੱਥੋਂ ਇੱਕ ਹੋਰ ਗੱਲ ਦੱਸੀ ਕਿ ਜਿਹੜੇ ਬਾਬਾ ਫਰੀਦ ਜੀ ਸੀ, ਬਾਬਾ ਫਰੀਦ ਜੀ ਦੇ ਦਾਦਾ ਸ਼ੇਖ ਸ਼ਈਅਬ ਗਜਨੀ ਦੇ ਬਾਦਸ਼ਾਹ ਦੇ ਭਰਾ ਸਨ, ਜੋ ਗਜਨੀ ਦੇ ਅਤੇ ਕਾਬੁਲ ਦੇ ਦਰਮਿਆਨ ਜੋ ਹਿੰਸਾ ਹੁੰਦੀ ਸੀ ਉਸ ਤੋਂ ਤੰਗ ਆ ਕੇ ਉਹ ਪੰਜਾਬ 'ਚ ਆ ਗਏ ਸਨ ਅਤੇ ਪੰਜਾਬ 'ਚ ਆ ਕੇ ਵੱਸ ਗਏ ਸਨ, ਅਤੇ ਉਸ ਤੋਂ ਬਾਅਦ ਹੀ ਜਿਹੜਾ ਬਾਬਾ ਸ਼ੇਖ ਫਰੀਦ ਦਾ ਪਰਿਵਾਰ ਹੈ ਉਹ ਪੰਜਾਬ ਦੇ ਨਾਲ ਹੀ ਸ਼ੁਰੂ ਤੋਂ ਸੰਬੰਧਿਤ ਰਿਹਾ। ਉੱਥੇ ਹੀ ਆਪਾਂ ਫਰੀਦਕੋਟ ਦੀ ਗੱਲ ਕੀਤੀ ਹੈ, ਫਰੀਦਕੋਟ ਦੇ ਨਾਮ ਦੀ ਗੱਲ ਕੀਤੀ ਹੈ, ਤਾਂ ਬਾਬਾ ਸ਼ੇਖ ਫਰੀਦ ਜੀ ਜਿਹੜੀ ਉਹਨਾਂ ਦੀ ਗੁਰਬਾਣੀ ਹੈ, ਉਹਨਾਂ ਦੇ ਵੱਲੋਂ ਸਿੱਖਿਆ ਦਿੱਤੀ ਗਈ, ਜਿਹੜਾ ਇੱਕ ਤੱਥ ਜਿਹੜੀ ਉਹਨਾਂ ਦੀ ਹਰ ਸਿੱਖਿਆ ਦੇ ਵਿੱਚੋਂ ਨਿਕਲਦਾ ਹੈ, ਉਹਦੇ ਬਾਰੇ ਕੀ ਕਹੋਗੇ? ਇੱਕ ਕਹਿੰਦੇ ਮੁਹੱਬਤ ਦਾ ਪੈਗਾਮ ਹੈ ਜਿਹੜਾ। ਮੈਂ ਇਸ ਗੱਲ 'ਤੇ ਬਾਅਦ 'ਚ ਆਵਾਂ, ਪਹਿਲਾਂ ਕੁਝ ਕੁ ਗੱਲਾਂ ਬਾਬਾ ਫਰੀਦ ਦੇ ਜੀਵਨ ਅਤੇ ਉਹਨਾਂ ਦੇ ਮਾਹੌਲ ਬਾਰੇ ਮੈਂ ਕਰ ਲੈਣਾ ਚਾਹੁੰਦਾ। ਬਿਲਕੁਲ ਬਿਲਕੁਲ। ਕਿਉਂ ਤਾਂ ਜੋ ਜਿਹੜਾ ਜਸ ਪੰਜਾਬੀ ਆ ਇਹਦੇ ਵਿਊਰਸ ਨੂੰ ਉਹ ਸਾਰੇ ਪਿਛੋਕੜ ਦੀ ਸਮਝ ਆ ਜਾਏ। ਬਿਲਕੁਲ। ਦੇਖੋ, ਜਿੱਥੋਂ ਤੱਕ ਬਾਬਾ ਫਰੀਦ ਦੇ ਦਾਦੇ ਸ਼ੇਖ ਸੋਇਬ ਦੇ ਅਫਗਾਨਿਸਤਾਨ ਤੋਂ ਹਿੰਦੁਸਤਾਨ ਆਉਣ ਦੀ ਗੱਲ ਹੈ, ਸੱਚ ਆ, ਪਰ ਸ਼ੇਖ ਸੋਇਬ ਉੱਥੋਂ ਦੇ ਰਾਜ ਭਾਗ ਦੇ ਵਿੱਚੋਂ ਜਾਂ ਰਾਜਵੰਸ਼ੀ ਖਾਨਦਾਨ ਵਿੱਚੋਂ ਸੀ, ਇਹ ਗੱਲ ਇੱਕ ਮਿੱਥ ਆ, ਕਿਉਂਕਿ ਸੀਰਤ ਔਲੀਆ ਦੇ ਕਰਤਾ ਨੇ ਇਹ ਗੱਲ ਲਿਖ ਦਿੱਤੀ ਆ, ਪਰ ਇਹਦਾ ਸਾਡੇ ਕੋਲ ਕੋਈ ਪ੍ਰਮਾਣਿਕ ਸਬੂਤ ਨਹੀਂ। ਇਸ ਗੱਲ ਦੇ ਸਾਨੂੰ ਪ੍ਰਮਾਣ ਮਿਲ ਜਾਂਦੇ ਆ ਕਿ ਸ਼ੇਖ ਸੋਇਬ ਜਿਹੜੇ ਅਫਗਾਨਿਸਤਾਨ ਦੇ ਰਹਿਣ ਵਾਲੇ ਸੀ ਉਹ ਬੜੇ ਵੱਡੇ ਆਲਮ ਸਨ। ਉਸ ਵੇਲੇ ਜਿਹੜਾ ਅਫਗਾਨ ਖਿੱਤਾ ਸੀ ਉਹਦੇ 'ਚ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਤੁਰਕ ਮੁਹਿੰਮਾਂ ਕਰਕੇ ਉਹ ਖਿੱਤਾ ਬੜਾ ਡਿਸਟਰਬ ਸੀ, ਉਹ ਇਸ ਕਰਕੇ ਫਕੀਰੀ ਦਰਵੇਸ਼ੀ ਸੁਭਾਅ ਹੋਣ ਕਰਕੇ ਉਹ ਮੁਲਤਾਨ 'ਚ ਆ ਗਏ, ਅਤੇ ਮੁਲਤਾਨ 'ਚ ਆਉਣ ਤੋਂ ਪਹਿਲਾਂ ਕੁਛ ਸਮਾਂ ਲਾਹੌਰ ਰਹੇ, ਕੁਛ ਸਮਾਂ ਕਸੂਰ ਰਹੇ। ਉਹਨਾਂ ਦੀ ਸ਼ੋਹਰਤ ਇੰਨੀ ਫੈਲੀ ਕਿ ਉਹਨਾਂ ਨੂੰ ਉਸ ਵੇਲੇ ਦੇ ਹਾਕਮਾਂ ਨੇ ਮੁਲਤਾਨ ਦੇ ਲਾਗੇ ਇੱਕ ਛੋਟਾ ਜਿਹਾ ਕਸਬਾ ਸੀ ਖੋਤਵਾਲ, ਉੱਥੋਂ ਦਾ ਕਾਜ਼ੀ ਨਿਯੁਕਤ ਕਰ ਦਿੱਤਾ, ਜਿੱਥੇ ਬਾਬਾ ਫਰੀਦ ਦਾ ਜਿਹੜੇ ਪਿਤਾ ਸਨ ਜਮਾਲੋਦੀਨ ਸੁਲੇਮਾਨ, ਉਹ ਵੀ ਕੁਛ ਸਮਾਂ ਉੱਥੇ ਕਾਜ਼ੀ ਜਾਂ ਕਜ਼ਾ ਦੇ ਆਪਣੇ ਜਿਹੜੇ ਫਰਜ਼ ਨਿਭਾਉਂਦੇ ਰਹੇ। ਬਾਬਾ ਫਰੀਦ ਉਹਨਾਂ ਦੇ ਤਿੰਨ ਪੁੱਤਰਾਂ ਜਿਹੜੇ ਸੋਇਬ ਦੇ ਤਿੰਨ ਪੁੱਤਰ ਸਨ, ਉਹਨਾਂ 'ਚੋਂ ਬਾਬਾ ਫਰੀਦ ਜਮਾਲੁਦੀਨ ਸੁਲੇਮਾਨ ਦੇ ਪੁੱਤਰ ਸੀਗੇ, ਔਰ ਬਾਬਾ ਫਰੀਦ ਦੀ ਜਿਹੜੀ ਮੁੱਢਲੀ ਤਰਬੀਅਤ ਆ ਉਹ ਉਹਨਾਂ ਦੇ ਘਰ ਵਿੱਚੋਂ ਉਹਨਾਂ ਦੀ ਮਾਤਾ ਨੇ ਉਹਨਾਂ ਨੂੰ ਦਰਵੇਸ਼ੀ ਦਾ ਜਿਹੜਾ ਸੀਗਾ ਪਹਿਲਾ ਸਬਕ ਪੜ੍ਹਾਇਆ, ਕਿਉਂਕਿ ਮਾਤਾ ਦੇ ਤਿੰਨ ਚਾਰ ਨਾਮ ਪ੍ਰਚਲਿਤ ਨੇ, ਪਰ ਜਿਹੜਾ ਬਹੁਤ ਉਹਨਾਂ ਦਾ ਪ੍ਰਵਾਨਿਤ ਨੇਮ ਆ ਉਹ ਬੀਬੀ ਕੁਲਸੂਮ ਆ। ਬੀਬੀ ਕੁਲਸੂਮ ਆਪ ਇੱਕ ਵੱਡੇ ਦਰਵੇਸ਼ ਦੀ ਬੇਟੀ ਸੀ, ਉਸ ਦਰਵੇਸ਼ ਦਾ ਨਾਂ ਵਜੀਹੁਦੀਨ ਖੁਜੰਦੀ ਸੀ, ਉਹ ਮਾਤਾ ਆਪ ਬੜੀ ਧਾਰਮਿਕ। ਮੈਂ ਇੱਥੇ ਇੱਕ ਸਵਾਲ ਜ਼ਰੂਰ ਪੁੱਛਣਾ ਚਾਹਾਂਗੀ, ਜਦੋਂ ਵੀ ਉਹਨਾਂ ਦੀ ਮਾਤਾ ਦੇ ਬਾਰੇ ਪੜ੍ਹਿਆ ਜਾਂਦਾ ਤਾਂ ਬੀਬੀ ਮਰੀਅਮ ਕਿਹਾ ਜਾਂਦਾ। ਜੀ 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 ਜੀ। ਅਤੇ ਜਿਵੇਂ ਤੁਸੀਂ ਨਾਮ ਦੱਸਿਆ, ਵੱਖ ਵੱਖ ਲੇਖਕਾਂ ਨੇ ਬਾਬਾ ਫਰੀਦ ਦੇ ਜਨਮ ਦੇ ਸਾਲ, ਬਾਬਾ ਫਰੀਦ ਦੀ ਮੌਤ ਦੇ ਸਾਲ, ਬਾਬਾ ਫਰੀਦ ਦੇ ਜਨਮ ਦੇ ਸਥਾਨ, ਇੱਥੋਂ ਤੱਕ ਕਿ ਬਾਬਾ ਫਰੀਦ ਦੇ ਜਿਹੜੇ ਹੈਗੇ ਆ ਪੁਰਖਿਆਂ ਦੇ ਨਾਵਾਂ ਵਿੱਚ ਵੀ ਮਤਭੇਦ ਨੇ। ਤਿੰਨ ਨਾਮ ਸਾਡੇ ਕੋਲ ਆ ਜਾਂਦੇ ਨੇ, ਬੀਬੀ ਮਰੀਅਮ ਤੋਂ ਬਹੁਤ ਘੱਟ ਸਵੀਕਾਰ ਕੀਤਾ ਸਕੋਲਰ ਨੇ, ਸਕੋਲਰ ਨੇ ਜਿਹੜਾ ਨਾਮ ਸਵੀਕਾਰ ਕੀਤਾ, ਕਿਉਂਕਿ ਜਿੰਨਾ ਸਕੋਲਰ ਨੇ ਬਾਬਾ ਫਰੀਦ ਦੇ ਉੱਤੇ ਬਹੁਤ ਡਟ ਕੇ ਕੰਮ ਕੀਤਾ ਆ ਉਹਨਾਂ ਸਕੋਲਰ ਨੇ ਬਾਬਾ ਫਰੀਦ ਦੀ ਮਾਤਾ ਦਾ ਨਾਮ ਬੀਬੀ ਕੁਲਸੂਮ ਸਵੀਕਾਰ ਕੀਤਾ ਆ ਜਾਂ ਬੀਬੀ ਕਲਸੂਮ ਸਵੀਕਾਰ ਕੀਤਾ ਆ। ਇਸ ਕਰਕੇ ਇਸ ਮਾਤਾ ਦੇ ਨਾਮ ਬਾਰੇ ਬਹੁਤ ਸਾਰੇ ਭੁਲੇਖੇ ਨੇ, ਮੈਂ ਸਮਝਦਾ ਜਿਹੜਾ ਉਹ ਨਾਮ ਬਹੁਤ ਪ੍ਰਵਾਨਿਤ ਆ, ਕਿਉਂਕਿ ਜਿਹੜਾ ਸਾਡੇ ਵੱਡੇ ਸਕੋਲਰ ਨੇ ਦਾਨਸ਼ਵਰਾਂ ਨੇ ਜਿਹਨੂੰ ਬਹੁਤ ਖੋਜ ਕਰਕੇ ਜਿਹਨਾਂ ਨੇ ਲਿਖਿਆ ਉਹਨਾਂ ਨੇ ਬੀਬੀ ਕਲਸੂਮ ਜਾਂ ਬੀਬੀ ਕਲਸੂਮ ਉਹਨਾਂ ਦਾ ਨਾਂ ਲਿਖਿਆ। ਕਈ ਥਾਵਾਂ 'ਤੇ ਕਰੀਸਰ ਖਤੂਨ ਜਿਹੜੀ ਹੈਗੀ ਆ ਉਹ ਸ਼ਬਦ ਵੀ ਉਹਨਾਂ ਦੇ ਵਾਸਤੇ ਵਰਤਿਆ ਗਿਆ। ਮਰੀਅਮ ਨਾਮ ਬਹੁਤ ਲੋਕਾਂ ਨੇ ਅਗਿਆਨਤਾ ਵੱਸ ਵਰਤ ਲਿਆ। ਓਕੇ ਜੀ ਜੀ। ਅਤੇ ਤੁਸੀਂ ਅੱਗੇ ਦੱਸ ਰਹੇ ਸੀ, ਮੈਂ ਦੱਸ ਰਿਹਾ ਸੀਗਾ ਕਿ ਬਾਬਾ ਫਰੀਦ ਦੀ ਜਿਹੜੀ ਮੁੱਢਲੀ ਸਿੱਖਿਆ ਦੇਖਿਆ ਉਹਨਾਂ ਦੇ ਆਪਣੇ, ਕਿਉਂਕਿ ਬੜੇ ਆਲਮਾਂ ਦਾ ਬੜੇ ਫਾਜ਼ਲਾਂ ਦਾ ਪਰਿਵਾਰ ਸੀ, ਮਾਤਾ ਇੱਕ ਰੂਹਾਨੀ ਵਿਅਕਤੀ ਵਾਲੀ ਸੀ, ਮਾਤਾ ਨੇ ਬਾਬਾ ਫਰੀਦ ਦੀ ਜਿਹੜੀ ਤਰਬੀਅਤ ਆ ਉਹਨੂੰ ਸਵਾਰਨਾ ਸ਼ੁਰੂ ਕੀਤਾ। ਕਿਹਾ ਇਹ ਜਾਂਦਾ ਕਿ ਜਦੋਂ ਬਾਬਾ ਫਰੀਦ ਛੋਟੇ ਸਨ ਉਹਨਾਂ ਦੀ ਮਾਂ ਜਦੋਂ ਉਹਨਾਂ ਨੂੰ ਦੀਨੀ ਸਿੱਖਿਆ ਦੇ ਰਹੀ ਸੀ ਤਾਂ ਉਹ ਆਪਣੇ ਬੱਚੇ ਨੂੰ ਲਾਲਚ ਵਜੋਂ
ਇਹ ਕਹਿ ਦਿਆ ਕਰਦੇ ਸੀ ਕਿ ਜੇ ਤੁਸੀਂ ਅੱਲਾ ਨੂੰ ਯਾਦ ਕਰੋਗੇ ਤਾਂ ਅੱਲਾ ਤੁਹਾਨੂੰ ਸ਼ੱਕਰ ਭੇਜੇਗਾ ਜੀ। ਤੇ ਉਹ ਇੱਕ ਪੁੜੀ ਸ਼ੱਕਰ ਦੀ ਬਾਬਾ ਫਰੀਦ ਦੇ ਸਰਾਣੇ ਰੱਖ ਦਿੰਦੀ ਸੀ। ਬਹੁਤ ਸਾਰੀਆਂ ਮਿੱਥਾਂ ਨੇ ਬਾਬਾ ਫਰੀਦ ਨੂੰ, ਅਸੀਂ ਅਸਲ 'ਚ ਬਾਬਾ ਫਰੀਦ ਦਾ ਜਿਹੜਾ ਅਸਲ ਨਾਂ ਤਾਂ ਮਸਾਊਦ ਆ ਜੀ, ਜਿਹੜੇ ਉਹਨਾਂ ਦੇ ਗੁਣਾ ਕਰਕੇ ਉਹਨਾਂ ਦੇ ਨਾਲ ਅੱਲਾ ਪੈ ਗਈਆਂ, ਜਾਂ ਜਿਹੜੇ ਉਹਨਾਂ ਨੂੰ ਲਕਬ ਦੇ ਦਿੱਤੇ ਗਏ, ਜਾਂ ਜਿਹੜੇ ਉਹਨਾਂ ਨੂੰ ਸਤਿਕਾਰ ਨਾਲ ਤਖੱਲਸ ਦੇ ਦਿੱਤੇ ਗਏ, ਉਹਨਾਂ 'ਚੋਂ ਫਰੀਦੋਦੀਨ, ਜਿਹੜਾ ਫਰੀਦੋਦੀਨ ਸੀਗਾ ਇਹ ਫਰੀਦੋਦੀਨ ਅਤਾਰ ਇੱਕ ਬੜੇ ਵੱਡੇ ਦਰਵੇਸ਼ ਹੋਏ ਸੀ, ਇਹ ਉਹਨਾਂ ਕਰਕੇ ਬਾਬਾ ਫਰੀਦ ਦਾ ਨਾਂ ਪਿਆ ਕਿਉਂਕਿ ਉਹ ਵੀ ਬਾਬਾ ਫਰੀਦ ਦੇ ਸੁਭਾਅ ਵਰਗੇ ਸੀ। ਦੂਸਰਾ ਜਿਹੜਾ ਬਾਬਾ ਫਰੀਦ ਦਾ ਲਕਬ ਪਿਆ ਉਹ ਹੈਗਾ ਸ਼ੱਕਰਗੰਜ। ਸ਼ੱਕਰਗੰਜ ਬਹੁਤ ਸਾਰੇ ਲੋਕਾਂ ਨੇ ਇਹਦੇ ਬਾਰੇ ਬਹੁਤ ਸਾਰੀਆਂ ਕਹਾਣੀਆਂ ਘੜ ਲਈਆਂ। ਅਸਲ 'ਚ ਕਹਾਣੀ ਇਹ ਆ ਕਿ ਜਦੋਂ ਕੋਈ ਦਰਵੇਸ਼ ਬਹੁਤ ਪਾਪੂਲਰ ਹੋ ਜਾਂਦਾ ਤਾਂ ਉਹਦੇ ਨਾਲ ਬਹੁਤ ਸਾਰੀਆਂ ਕਰਾਮਾਤਾਂ ਮਿੱਥਾਂ ਅਸੀਂ ਜੋੜ ਲੈਂਦੇ ਹਾਂ। ਹਾਂਜੀ, ਬਾਬਾ ਫਰੀਦ ਦੇ ਨਾਮ ਨਾਲ ਸ਼ੱਕਰਗੰਜ ਕਿਉਂ ਪੈ ਗਿਆ ਇਹਦੇ ਬਾਰੇ ਇੱਕ ਮਿੱਥ ਇਹ ਆ ਕਿ ਬਾਬਾ ਫਰੀਦ ਦੀ ਮਾਤਾ ਬੀਬੀ ਕੁਲਸੂਮ ਦੀਨੀ ਸਿੱਖਿਆ ਲਈ ਉਹਨਾਂ ਨੂੰ ਸ਼ੱਕਰ ਦਾ ਲਾਲਚ ਦਿੰਦੀ ਸੀ। ਇੱਕ ਦਿਨ ਉਹ ਸ਼ੱਕਰ ਦੀ ਪੁੜੀ ਰੱਖਣਾ ਭੁੱਲ ਗਈ, ਪਰ ਬਾਬਾ ਫਰੀਦ ਦੇ ਸਰਾਣੇ ਥੱਲੇ ਫਿਰ ਸ਼ੱਕਰ ਦੀ ਪੁੜੀ ਸੀ, ਤਾਂ ਉਹ ਬੀਬੀ ਬੜੀ ਹੈਰਾਨ ਹੋਈ ਕਿ ਮੈਂ ਤਾਂ ਸ਼ੱਕਰ ਦੀ ਪੁੜੀ ਨਹੀਂ ਰੱਖੀ। ਤਾਂ ਇਹ ਕਿਹਾ ਜਾਂਦਾ ਕਿ ਬਾਬਾ ਫਰੀਦ ਨੂੰ ਪਰਮਾਤਮਾ ਵੱਲੋਂ ਹੀ ਸ਼ੱਕਰ ਦਾ ਤੋਹਫਾ ਮਿਲਦਾ ਸੀ, ਇਸ ਕਰਕੇ ਉਹ ਸ਼ੱਕਰਗੰਜ ਹੋ ਗਏ। ਇੱਕ ਧਾਰਨਾ ਇਹ ਆ ਕਿ ਬਾਬਾ ਫਰੀਦ ਬਹੁਤ ਜ਼ਿਆਦਾ ਪਰਹੇਜ਼ਗਾਰ ਸਨ, ਉਹ ਘੱਟ ਖਾਣ ਘੱਟ ਸੌਣ 'ਚ ਯਕੀਨ ਰੱਖਦੇ ਸੀਗੇ, ਇਸ ਕਰਕੇ ਉਹਨਾਂ ਦੀ ਬਾਣੀ ਵਿੱਚੋਂ ਵੀ ਬਹੁਤ ਸਾਰੇ ਹਵਾਲੇ ਮਿਲ ਜਾਂਦੇ ਆ ਕਿ ਵੇਖ ਪਰਾਈ ਚੋਪੜੀ ਨਾ ਤਰਸਾਵੀ ਜੀ, ਜਾਂ ਜਿਨ੍ਹਾਂ ਖਾਧੀ ਚੋਪੜੀ ਘੜੇ ਸਹਿਣਗੇ ਦੁੱਖ। ਬਾਬਾ ਫਰੀਦ ਬੜੇ ਰੋਜ਼ਿਆਂ ਦੇ ਦਿਨ ਸਨ, ਸੰਜਮੀ ਸਨ, ਪਰਹੇਜ਼ਗਾਰ ਸਨ। ਤਾਂ ਇੱਕ ਦਿਨ ਉਹ ਬਹੁਤ ਕਮਜ਼ੋਰ ਹੋ ਗਏ ਅਤੇ ਉਹਨਾਂ ਨੇ ਮੂੰਹ 'ਚ ਚੱਕ ਕੇ 3 ਰੋੜ ਪਾ ਲਏ, ਕੰਕਰ ਪਾ ਲਏ, ਅਤੇ ਕਿਹਾ ਜਾਂਦਾ ਕਿ ਉਹ ਕੰਕਰ ਵੀ ਸ਼ੱਕਰ ਵਰਗੇ ਮਿੱਠੇ ਹੋ ਗਏ। ਇੱਕ ਧਾਰਨਾ ਇਹ ਵੀ ਆ ਕਿ ਬਾਬਾ ਫਰੀਦ ਆਪਣੇ ਮੁਰਸ਼ਿਦ ਨੂੰ ਮਿਲਣ ਜਾ ਰਹੇ ਸੀ, ਚਿੱਕੜ ਸੀ, ਅਤੇ ਕਿਤੇ ਉਹਨਾਂ ਦੇ ਮੂੰਹ ਦੇ ਉੱਤੇ ਗਾਰੇ ਦਾ ਛਿੱਟਾ ਪੈ ਗਿਆ, ਜਿਹੜੀ ਚਿੱਕੜ ਦੀ ਛਿੱਟ ਪਈ ਉਹ ਖੰਡ ਵਿੱਚ ਬਦਲ ਗਈ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਬਾ ਫਰੀਦ ਬਾਰੇ, ਮੈਂ ਇਹਨਾਂ ਦੰਤ ਕਥਾਵਾਂ 'ਚ ਤਾਂ ਯਕੀਨ ਨਹੀਂ ਰੱਖਦਾ, ਪਰ ਇੱਕ ਗੱਲ ਬੜੀ ਸਪਸ਼ਟ ਆ ਕਿ ਬਾਬਾ ਫਰੀਦ ਬਹੁਤ ਹਲੀਮ ਸਨ, ਬਿਲਕੁਲ ਸੁਨਿਮਰ ਸਨ, ਅਤੇ ਲੋਕਾਂ ਨੂੰ ਉਸ ਵੇਲੇ ਰੱਬੀ ਮੁਹੱਬਤ ਦਾ ਪੈਗਾਮ ਦਾ ਦਰਸ ਦਿੰਦੇ ਸੀ। ਇਸ ਕਰਕੇ ਉਹਨਾਂ ਦਾ ਨਾਂ, ਕਿਉਂਕਿ ਉਹ ਠੰਡ ਵਰਤਾਉਣ ਵਾਲੇ ਸਨ। ਜਦੋਂ ਹਿੰਦੁਸਤਾਨ ਦੇ ਵਿੱਚ ਗਜਨੀਆਂ ਦਾ ਰਾਜ ਖਤਮ ਹੋ ਰਿਹਾ ਸੀਗਾ, ਗੌਰੀਆਂ ਦਾ ਰਾਜ ਸਥਾਪਿਤ ਹੋ ਰਿਹਾ ਸੀ, ਬਹੁਤ ਮਾਰਕਾਟ ਹੋ ਰਹੀ ਸੀ, ਉਸ ਮਾਰਕਾਟ ਦੇ ਜ਼ਮਾਨੇ 'ਚ ਲੋਕਾਂ ਨੂੰ ਰਾਹਤ ਦੇਣੀ, ਇਸ ਕਰਕੇ ਬਾਬਾ ਫਰੀਦ ਦੇ ਨਾਲ ਸ਼ੱਕਰਗੰਜ ਲੱਕ ਨੂੰ ਜੁੜ ਗਿਆ ਜੀ। ਆਪਾਂ ਇਹਦੇ ਬਾਰੇ ਗੱਲਬਾਤ ਜਾਰੀ ਰੱਖਾਂਗੇ, ਸਮੇਂ ਇੱਥੇ ਵਿਹੜਾ ਹੋ ਗਿਆ ਬ੍ਰੇਕ ਦਾ। ਬ੍ਰੇਕ ਤੋਂ ਪਹਿਲਾਂ ਮੈਂ ਤੁਹਾਨੂੰ ਇੱਥੇ ਦਰਸ਼ਕਾਂ ਨੂੰ ਇੱਕ ਗੱਲ ਦੱਸਣਾ ਚਾਹਾਂਗੀ ਕਿ ਬਾਬਾ ਸ਼ੇਖ ਫਰੀਦ ਜੀ ਬਾਰੇ ਤੁਸੀਂ ਅਗਰ ਕੁਝ ਵੀ ਪੁੱਛਣਾ ਚਾਹੁੰਦੇ ਹੋ, ਤੁਸੀਂ ਕੁਝ ਵੀ ਜਾਣਨਾ ਚਾਹੁੰਦੇ ਹੋ ਉਹਨਾਂ ਦੇ ਬਾਰੇ, ਤਾਂ ਸਾਡੇ ਨਾਲ ਜਿਹੜੇ ਡਾਕਟਰ ਸੁਖਦੇਵ ਸਿੰਘ ਸਿਰਸਾ ਮਾਹਰ ਨੇ ਉਹਨਾਂ ਤੋਂ ਤੁਸੀਂ ਪੁੱਛ ਸਕਦੇ ਹੋ, ਅਤੇ ਕਾਲਸ ਰਾਹੀਂ ਕਿਸੇ ਵੀ ਤਰ੍ਹਾਂ ਦਾ ਸਵਾਲ ਉਹਨਾਂ ਬਾਰੇ ਕਰ ਸਕਦੇ ਹੋ। ਪਰ ਫਿਲਹਾਲ ਇੱਥੇ ਸਾਨੂੰ ਰੁਕਣਾ ਪਵੇਗਾ ਬ੍ਰੇਕ ਦੇ ਲਈ। ਅੱਜ ਦੇ ਮੁੱਦੇ ਵਿੱਚ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਬਾਬਾ ਸ਼ੇਖ ਫਰੀਦ ਜੀ ਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਅੱਜ। ਫਰੀਦਾ ਕਾਲੇ ਮੈਡੇ ਕੱਪੜੇ ਕਾਲਾ ਮੈਡਾ ਵੇਸ, ਗੁਨਈ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਜ਼। ਇੰਨੀ ਉੱਚ ਸਿੱਖਿਆ, ਇਹ ਲਿਖਤਾਂ, ਜਦੋਂ ਵੀ ਕਹਿੰਦੇ ਕਦੇ ਕੋਈ ਇਸ ਵਧੀਆ ਸਿੱਖਿਆ ਦਾ, ਵਧੀਆ ਰੂਹਾਨੀਅਤ ਦਾ ਜਿਹੜਾ ਉਹ ਆਪਣੇ ਆਪ ਵਿੱਚ ਮਾਲਕ ਬਣ ਬਣ ਜਾਂਦਾ ਹੈ, ਤਾਂ ਉਸਦੇ ਵਾਸਤੇ ਇੱਕ ਗੁਰੂ ਧਾਰਨਾ ਹੈ ਜਿਹੜਾ ਉਹ ਅਹਿਮ ਹੁੰਦਾ, ਕਿਉਂਕਿ ਇੱਕ ਚੰਗੀ ਸਿੱਖਿਆ ਦੇ ਲਈ ਚੰਗਾ ਗੁਰੂ ਜਦ ਤੱਕ ਧਾਰਦੇ ਨਹੀਂ ਤਾਂ ਉਹ ਚੰਗੀ ਸਿੱਖਿਆ ਹੈ ਜਿਹੜੀ ਉਹ ਮਿਲ ਨਹੀਂ ਸਕਦੀ। ਅਤੇ ਬਾਬਾ ਫਰੀਦ ਜੀ ਨੇ ਵੀ ਇੰਨੀ ਸੋਹਣੀ ਸਿੱਖਿਆ ਜਿਹੜੀ ਉਹ ਹੋਰਾਂ ਨੂੰ ਦਿੱਤੀ, ਇੰਨੀ ਵਧੀਆ ਗੁਰਬਾਣੀ ਦੀ ਰਚਨਾ ਕੀਤੀ, ਤਾਂ ਉਸ ਦੌਰਾਨ ਜਿਹੜਾ ਉਹਨਾਂ ਨੇ ਕੋਈ ਜਿਹੜੀ ਆਪਣੀ ਤਾਲੀਮ ਹੈ ਉਹ ਕਿਸ ਤੋਂ ਲਈ? ਦੇਖੋ, ਬਾਬਾ ਫਰੀਦ ਦਾ ਜਿਵੇਂ ਮੈਂ ਇਸ਼ਾਰਾ ਕੀਤਾ ਕਿ ਮੁੱਢਲੀ ਤਾਲੀਮ ਤਾਂ ਉਹਨਾਂ ਦੀ ਮਾਂ ਬੀਬੀ ਕੁਲਸੂਮ ਦੇ ਦੁਆਰਾ ਹੋਈ ਆ। ਅਸਲ 'ਚ ਬਾਬਾ ਫਰੀਦ ਦੀ ਜਿਹੜੀ ਵਹਿਤ ਹੁੰਦੀ ਆ, ਵਹਿਤ ਅਸਲ 'ਚ ਸੂਫੀਆਂ 'ਚ ਇੱਕ ਰਸਮ ਆ, ਜਦੋਂ ਕੋਈ ਸੂਫੀ ਦਰਵੇਸ਼ ਬਹੁਤ ਅਧਿਐਨ ਕਰ ਲੈਂਦਾ ਆ ਅਤੇ ਦੀਨੀ ਮਸਲਿਆਂ ਬਾਰੇ ਉਹਦੀ ਬਹਾਰਤ ਹੋ ਜਾਂਦੀ ਆ, ਉਹਦੀ ਅਧਿਆਤਮਿਕ ਸਾਧਨਾ ਦਾ ਇੱਕ ਖਾਸ ਪੜਾਅ ਤੱਕ ਉਹ ਪਹੁੰਚ ਜਾਂਦਾ ਆ, ਤਾਂ ਫਿਰ ਉਹਨੂੰ ਕੋਈ ਨਾ ਕੋਈ ਜਿਹੜਾ ਮੁਰਸ਼ਦ ਆ ਉਹ ਮਿਲ ਜਾਂਦਾ ਆ, ਅਤੇ ਉਹ ਉਸ ਮੁਰਸ਼ਦ ਦੇ ਹੱਥੋਂ ਜਾ ਕੇ ਜਦੋਂ ਬੈਪਟਾਈਜ਼ ਹੁੰਦਾ ਆ, ਸੂਫੀਆਂ 'ਚ ਉਹਨੂੰ ਵਹਿਤ ਕਹਿੰਦੇ ਆ। ਅਤੇ ਬਾਬਾ ਫਰੀਦ ਦੀ ਜਿਹੜੀ ਵਹਿਤ ਹੁੰਦੀ ਆ ਉਹ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਕੋਲ ਹੁੰਦੀ ਆ, ਉਹ ਬਖਤਿਆਰ ਕਾਕੀ ਦੇ ਮਰੀਜ਼ ਸਨ। ਅਸਲ 'ਚ ਬਖਤਿਆਰ ਕਾਕੀ ਜਿਹੜਾ ਸੀਗਾ ਉਹ ਬਾਬਾ ਫਰੀਦ ਦੇ ਬਚਪਨ ਵੇਲੇ ਇੱਕ ਵਾਰੀ ਮੁਲਤਾਨ ਜਾਂਦੇ ਆ, ਮੁਲਤਾਨ 'ਚ ਬਾਬਾ ਫਰੀਦ ਦੀ ਤਲੀਮ ਨੂੰ ਦੇਖ ਕੇ ਉਹ ਬੜੇ ਹੈਰਾਨ ਹੁੰਦੇ ਆ। ਬਾਬਾ ਫਰੀਦ ਉਹਨਾਂ ਨੂੰ ਇਹ ਬੇਨਤੀ ਕਰਦੇ ਆ ਕਿ ਤੁਸੀਂ ਮੈਨੂੰ ਆਪਣੀ ਮਰੀਦੀ ਵਿੱਚ ਲੈ ਲਓ, ਆਪਣਾ ਮੈਨੂੰ ਮੁਰਸ਼ਦ ਤੁਸੀਂ, ਮੈਂ ਤੁਹਾਨੂੰ ਧਾਰਨਾ ਚਾਹੁੰਦਾ। ਤਾਂ ਜਿਹੜੇ ਸੀਗੇ ਖਵਾਜਾ ਬਖਤਿਆਰ ਕਾਕੀ ਉਹ ਉਹਨਾਂ ਨੂੰ ਹੋਰ ਅਧਿਐਨ ਕਰਨ ਲਈ ਕਹਿੰਦੇ ਆ। ਤਾਂ ਉਸ ਤੋਂ ਬਾਅਦ ਬਹੁਤ ਸਾਰੀਆਂ ਕਿਤਾਬਾਂ ਨੇ ਬਾਬਾ ਫਰੀਦ ਬਾਰੇ ਮਿਲਦੀਆਂ, ਪਰ ਉਹਨਾਂ 'ਚ ਜ਼ਿਕਰ ਨਹੀਂ ਆਉਂਦਾ। ਪਰ ਕਾਜੀ ਜਾਵੇਦ ਪਾਕਿਸਤਾਨ ਦੇ ਇੱਕ ਬੜੇ ਵੱਡੇ ਸਕਾਲਰ ਨੇ, ਉਹਨਾਂ ਨੇ ਕੁਝ ਜ਼ਿਕਰ ਕੀਤਾ ਆ
कि उस तो बाद बाबा फरीद मुल्तान छड़दे आ दुनिया दीआं वड्डीआं जिहड़ीआं इबादत गाहां सी खास तौर पर ईरान इराक खुरासान इन्हां देशां च घुम्मदे आ ते उस वेले जिहड़े हिंदुस्तान च वड्डे नामने वाले सूफी सी खास तौर पर उह उहनां तों दीख्या लैंदे आ जिन्हां च शेख सहाबुद्दीन सोहरावर्दी का नाम आउंदा आ शेख बहाउद्दीन जकरिया का नाम आउंदा आ शेख जलालुद्दीन तबरेजी का नाम आउंदा आ इस तरह शेख साधी हम्बी का नाम आउंदा आ जां शेख बहाउद्दीन निशापुरी का नाम आउंदा आ इन्हां लोकां तों बाबा फरीद ने सिख्या लई पर बाबा फरीद का जिहड़ा असली मुर्शिद आ जिन्हां दे कोल रहे लंबा समा जिन्हां ने बाबा फरीद नूं अपना बाद विच खलीफा भी बनाया उन्हां दा नाम हैगा ख्वाजा बख्तियार काकी ख्वाजा बख्तियार काकी जिहड़े हैगे आ उन्हां दी दरगाह दिल्ली दे विच ख्वाजा बख्तियार काकी असल च निजामुद्दीन अपने मुईनुद्दीन चिश्ती अजमेरी जिन्हों ने असीं कह दिंदे आ मुईनुद्दीन संजरी क्योंकि उन्हां दा वड्डी दरगाह उन्हां दी दरसगाह अजमेर च आ उह उन्हां दे मरीद सन बाबा फरीद दे जिहड़े गुर भाई सी उन्हां च हमीदुद्दीन दा नाम आउंदा जिहड़े हमीदुद्दीन लंबा समा नगौर च रहे आ हमीदुद्दीन नगौरी सो बाबा फरीद बड़े वड्डे आलमां तों पढ़े उन्हां दिनां च असल च जिहड़े विद्या दे केंद्र आ उह अज वर्गे नहीं सी हुंदे उन्हां दिनां च दरवेशां नूं सूफियां नूं संतां नूं ਵੱਡੇ ਵਿਦਿਅਕ ਕੇਂਦਰਾਂ ਕੋਲ ਅਧਿਆਤਮਿਕ ਸਾਧਨਾ ਲੈਣ ਲਈ ਸਿੱਖਿਆ ਲੈਣ ਲਈ ਆਪਣੇ ਗੁਰੂਆਂ ਕੋਲ ਜਾਣਾ ਪੈਂਦਾ ਸੀ ਇਸ ਕਰਕੇ ਬਾਬਾ ਫਰੀਦ ਨੇ ਈਰਾਨ ਇਰਾਕ ਖੁਰਾਸਾਨ ਅਫਗਾਨਿਸਤਾਨ ਦੇ ਕੁਝ ਖਿੱਤੇ ਕੰਧਾਰ ਈਵਨ ਮੱਕਾ ਦੀ ਯਾਤਰਾ ਵੀ ਉਹਨੇ ਕੀਤੀ ਆ ਜੀ 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 ਇੱਥੇ ਤਾਂ ਗੱਲ ਹੋ ਗਈ ਕਿ ਬਾਬਾ ਫਰੀਦ ਦੇ ਜਿਹੜੇ ਗੁਰੂ ਸਨ ਉਹਨਾਂ ਕਿੱਥੋਂ ਸਿੱਖਿਆ ਹਾਸਲ ਕੀਤੀ ਤੇ ਉਹਨਾਂ ਦੇ ਚੇਲੇ ਵੀ ਰਹੇ ਹੋਣਗੇ ਬਾਬਾ ਫਰੀਦ ਨੇ ਆਪਣੇ ਸਮੇਂ 'ਚ ਤਿੰਨ ਖਿਲਾਫਤਾਂ ਦਿੱਤੀਆਂ ਖਿਲਾਫਤ ਅਸਲ 'ਚ ਜਦੋਂ ਕੋਈ ਸੂਫੀ ਦਰਵੇਸ਼ ਆਪਣੇ ਚੇਲਿਆਂ ਨੂੰ ਲਿਖਤੀ ਡਾਕੂਮੈਂਟ ਦੇ ਦਿੰਦਾ ਆ ਕਿ ਤੁਸੀਂ ਮੇਰੇ ਮਰੀਦ ਹੋ ਅਤੇ ਮੇਰੇ ਤੋਂ ਬਾਅਦ ਮੇਰੇ ਮਤ ਨੂੰ ਤੁਸੀਂ ਪ੍ਰਚਾਰੋਗੇ ਬਾਬਾ ਫਰੀਦ ਦੇ ਜਿਹੜੇ ਬਹੁਤ ਪਾਪੂਲਰ ਜਿਹੜੇ ਬਾਬਾ ਫਰੀਦ ਦੇ ਚੇਲੇ ਹੋਏ ਉਹ ਨਿਜ਼ਾਮੁਦੀਨ ਔਲੀਆ ਨੇ ਜਿਨ੍ਹਾਂ ਦੀ ਦਰਗਾਹ ਦਿੱਲੀ 'ਚ ਸੀ ਅਤੇ ਜਿਨ੍ਹਾਂ ਨੂੰ ਅਸੀਂ ਮਹਿਬੂਬੇ ਇਲਾਹੀ ਵੀ ਕਹਿ ਦਿੰਦੇ ਹਾਂ ਨਿਜ਼ਾਮੁਦੀਨ ਔਲੀਆ ਤੋਂ ਬਾਅਦ ਤੀਸਰਾ ਜਿਹੜਾ ਦੂਸਰਾ ਜਿਹੜਾ ਗੁਰੂ ਜਿਨ੍ਹਾਂ ਨੂੰ ਇਹਨਾਂ ਨੇ ਆਪਣਾ ਮਰੀਦ ਬਣਾਇਆ ਉਹ ਇਹਨਾਂ ਦਾ ਸਕਾ ਭਾਣਜਾ ਸੀ ਅਲੀ ਅਹਿਮਦ ਸਾਬਰੀ ਜਿਹਦੇ ਤੋਂ ਚਿਸ਼ਤੀਆਂ ਦਾ ਸਾਬਰੀ ਸਿਲਸਿਲਾ ਚੱਲਿਆ ਅਤੇ ਜਿਹੜਾ ਲੰਮਾ ਸਮਾਂ ਯੂਪੀ 'ਚ ਰਿਹਾ ਉਹਨਾਂ ਦਾ ਸਕਾ ਭਾਣਜਾ ਸੀ ਬੜੇ ਸਬਰ ਵਾਲਾ ਬੰਦਾ ਸੀ ਉਹ ਇੰਨੇ ਸਬਰ ਵਾਲਾ ਬੰਦਾ ਸੀ ਕਿ ਬਾਬਾ ਫਰੀਦ ਨੇ ਉਹਦੀ ਭੈਣ ਬਾਬਾ ਫਰੀਦ ਕੋਲ ਛੱਡ ਗਈ ਅਫਗਾਨਿਸਤਾਨ ਤੋਂ ਆ ਕੇ ਕਿ ਮੇਰੇ ਬੱਚੇ ਨੂੰ ਸਾਂਭੋ ਬਾਬਾ ਫਰੀਦ ਨੇ ਉਹਨੂੰ ਕਹਿ ਦਿੱਤਾ ਕਿ ਤੁਸੀਂ ਲੰਗਰ ਦੀ ਸੇਵਾ ਕਰਨੀ ਆ ਉਹ ਦੂਜਿਆਂ ਨੂੰ ਰੋਟੀ ਖਵਾਉਂਦਾ ਰਿਹਾ ਪਰ ਉਹਨੇ ਆਪ ਕਈ ਮਹੀਨੇ ਫਾਕੇ ਕੱਟੇ ਜਦੋਂ ਉਹਦੀ ਮਾਂ ਨੇ ਆ ਕੇ ਦੇਖਿਆ ਕਿ ਮੇਰਾ ਪੁੱਤਰ ਬਹੁਤ ਕਮਜ਼ੋਰ ਹੋਇਆ ਉਹਨੂੰ ਪੁੱਛਿਆ ਤਾਂ ਬਾਬਾ ਫਰੀਦ ਨੇ ਕਿਹਾ ਵੀ ਤੂੰ ਇੰਨਾ ਕਮਜ਼ੋਰ ਹੋ ਗਿਆ ਤੂੰ ਖਾਂਦਾ ਕੀ ਸੀ ਉਹ ਕਹਿੰਦਾ ਮੈਨੂੰ ਖੋਣ ਦਾ ਹੁਕਮ ਸੀ ਖਾਣ ਦਾ ਹੁਕਮ ਨਹੀਂ ਸੀ ਇਸ ਕਰਕੇ ਉਹਦਾ ਨਾਂ ਹੀ ਸਾਬਰੀ ਰੱਖ ਦਿੱਤਾ ਬਾਬਾ ਫਰੀਦ ਨੇ ਅਤੇ ਉਹਨੂੰ ਮਰੀਦ ਆਪਣੀ ਖਿਲਾਫਤ ਬਖਸ਼ ਦਿੱਤੀ ਅਤੇ ਉਹਨੂੰ ਉਹਨਾਂ ਨੇ ਜਿਹੜੀ ਜਗ੍ਹਾ ਹੈਗੀ ਹੈ ਕਲਾਇਤ ਯੂਪੀ ਦੇ ਵਿੱਚ ਉੱਥੇ ਭੇਜ ਦਿੱਤਾ ਤੀਸਰਾ ਚੇਲਾ ਜਿਹੜਾ ਬਾਬਾ ਫਰੀਦ ਦਾ ਸੀਗਾ ਉਹ ਜਮਾਲੁਦੀਨ ਹਾਂਸ ਵੀ ਸੀ ਅਸਲ 'ਚ ਬਾਬਾ ਫਰੀਦ ਜਦੋਂ ਦਿੱਲੀ 'ਚ ਬਹੁਤ ਪਾਪੂਲਰ ਹੋ ਗਏ ਅਤੇ ਬਾਬਾ ਫਰੀਦ ਨੂੰ ਇਹ ਲੱਗਣ ਲੱਗਾ ਕਿ ਲੋਕ ਮੇਰੇ ਕੋਲ ਬਹੁਤ ਆਉਣ ਜਾਣ ਲੱਗ ਗਏ ਮੈਂ ਇਬਾਦਤ ਨਹੀਂ ਕਰ ਸਕਦਾ ਤਾਂ ਉਹ ਆਪਣੇ ਗੁਰੂ ਤੋਂ ਆਗਿਆ ਲੈ ਕੇ ਹੰਸੀ ਆ ਗਏ ਹੰਸੀ ਉਹਨਾਂ ਨੇ ਜਿਸ ਔਰਤ ਤੋਂ ਪੜ੍ਹਿਆ ਅਤੇ ਜਿਹਦੇ ਤੋਂ ਉਹਨਾਂ ਨੇ ਸਿੱਖਿਆ ਹਾਸਲ ਕੀਤੀ ਉਹ ਜਮਾਲੁਦੀਨ ਹਾਂਸਵੀ ਦੀ ਮਾਤਾ ਸੀ ਜਿਹਨੂੰ ਆਮ ਤੌਰ 'ਤੇ ਸੂਫੀਆਂ ਦੇ ਵਿੱਚ ਮਾਦਰੇ ਮੋਮਨਾ ਕਰਕੇ ਯਾਦ ਕੀਤਾ ਜਾਂਦਾ ਆ ਔਰ ਉਹਦੇ ਤੋਂ ਬਾਬਾ ਫਰੀਦ ਨੇ ਹਿੰਦੀ ਸਿੱਖੀ ਅਤੇ ਹਿੰਦੀ 'ਚ ਕਲਾਮ ਲਿਖਿਆ ਇਹ ਬਾਬਾ ਫਰੀਦ ਦੇ ਨਾਂ 'ਤੇ ਜਿਹੜਾ ਸੂਫੀ ਸਿਲਸਿਲਾ ਆ ਉਹਦੇ 'ਚ ਅੱਗੋਂ ਜਾ ਕੇ ਦੋ ਮੁੱਖ ਸ਼ਾਖਾ ਹੋ ਜਾਂਦੀਆਂ ਇੱਕ ਨਿਜ਼ਾਮੀਆ ਸ਼ਾਖਾ ਜਿਹਦੇ ਜਿਹੜੇ ਮੋਢੀ ਸੀਗੇ ਨਿਜ਼ਾਮੁਦੀਨ ਔਲੀਆ ਸਨ ਅਤੇ ਦੂਜੀ ਸਾਬਰੀ ਸ਼ਾਖਾ ਜਿਹਦੇ ਮੋਢੀ ਅਲੀ ਅਹਿਮਦ ਸਾਬਰੀ ਸਨ ਜੀ ਜੀ ਇਹ ਤਾਂ ਰਹੀ ਉਹਨਾਂ ਦੇ ਗੁਰੂਆਂ ਅਤੇ ਚੇਲਿਆਂ ਦੀ ਗੱਲ ਪਰ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੀ ਉਹਨਾਂ ਦੀ ਗੁਰਬਾਣੀ ਦਰਜ ਹੈ ਉਹਦਾ ਜ਼ਿਕਰ ਕਰਦੇ ਉਹਦੀ ਗੱਲ ਆਉਂਦੀ ਹੈ ਤਾਂ ਇੱਕ ਭੰਬੜ ਪੁਸਤਕ 'ਚ ਪਾਉਣ ਦੀ ਜਿਹੜੀ ਕੋਸ਼ਿਸ਼ ਹੈ ਇਹ ਵੀ ਰਹੀ ਹੈ ਕਿ ਜਿਹੜੇ ਬਾਬਾ ਫਰੀਦ ਜੀ ਸੀ ਬਾਬਾ ਸ਼ੇਖ ਫਰੀਦ ਜੀ ਸੀ ਉਹਨਾਂ ਦੀ ਬਾਣੀ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਰਜ ਹੈ ਜਾਂ ਫਰੀਦ ਸਾਨੀ ਦੇਖੋ ਇਹਦੇ ਬਾਰੇ ਜਾਂ ਸਭ ਤੋਂ ਪਹਿਲਾਂ ਭੁਲੇਖਾ ਪਾਇਆ ਉਹ ਇੱਕ ਅੰਗਰੇਜ਼ ਵਿਦਵਾਨ ਇੱਕ ਅੰਗਰੇਜ਼ ਅਧਿਕਾਰੀ ਜਿਨ੍ਹਾਂ ਦਾ ਨਾਮ ਹੈਗਾ ਮਕਾਲਫ ਜੀ ਮੈਕਸ ਆਰਥਰ ਮਕਾਲਫ ਕਿਉਂਕਿ ਉਹ ਅੰਗਰੇਜ਼ ਵਿਦਵਾਨ ਸੀ ਅੰਗਰੇਜ਼ ਅਧਿਕਾਰੀ ਸੀ ਸਾਡੇ ਕਲਚਰ ਦੀਆਂ ਬਹੁਤ ਸਾਰੀਆਂ ਗੱਲਾਂ ਨਹੀਂ ਸੀ ਜਾਣਦੇ ਉਹਨਾਂ ਦੀ ਧਾਰਨਾ ਇਹ ਸੀ ਕਿ ਬਾਬਾ ਫਰੀਦ ਕਿਉਂਕਿ ਗੁਰੂ ਨਾਨਕ ਦੇਵ ਤੋਂ ਪਹਿਲਾਂ ਹੋਏ ਨੇ ਕਿਉਂਕਿ ਉਹਨਾਂ ਦਾ ਜਿਹੜਾ ਜਨਮ ਹੈਗਾ 1173 ਦਾ ਆ ਅਤੇ ਉਹਨਾਂ ਦੀ ਵਫਾਤ ਜਿਹੜੀ ਹੈਗੀ ਆ 1266 ਜਾਂ 65 ਦੀ ਆ ਇਸ ਕਰਕੇ ਉਹ ਤਾਂ ਲਗਭਗ 2 ਸਦੀਆਂ ਗੁਰੂ ਨਾਨਕ ਤੋਂ ਪਹਿਲਾਂ ਹੋਏ ਨੇ ਉਹਨਾਂ ਦਾ ਮੇਲ ਹੀ ਨਹੀਂ ਹੋਇਆ ਅਤੇ ਬਾਬਾ ਨਾਨਕ ਕੋਲ ਜਿਹੜੀ ਬਾਣੀ ਆਈ ਆ ਉਹ ਗੁਰੂ ਨਾਨਕ ਸਾਹਿਬ ਕੋਲ ਪਹੁੰਚਣ ਵਾਲੀ ਬਾਣੀ ਬਾਬਾ ਫਰੀਦ ਦੀ ਬਾਣੀ ਨਹੀਂ ਉਹ ਬਾਬਾ ਫਰੀਦ ਦੀ ਗੱਦੀ 'ਤੇ ਬੈਠਣ ਵਾਲੇ ਜਿਹੜੇ ਉਹਨਾਂ ਦੇ 12ਵੇਂ ਗੱਦੀ ਨਿਸ਼ੀਨ ਸੀ ਸ਼ੇਖ ਬ੍ਰਹਮ ਜਿਹਨੂੰ ਅਸੀਂ ਫਰੀਦ ਸਾਨੀ ਕਰਕੇ ਜਾਣਦੇ ਹਾਂ ਕਿ ਉਹ ਬਾਣੀ ਉਹਨਾਂ ਦੀ ਆ ਜੀ ਅਸਲ 'ਚ ਇਸ ਬਾਣੀ ਬਾਰੇ ਇੱਕ ਭੁਲੇਖਾ ਇਹ ਵੀ ਪਾਇਆ ਜਦੋਂ ਡਾਕਟਰ ਲਾਜਵੰਤੀ ਰਾਮਕ੍ਰਿਸ਼ਨ ਨੇ ਕੰਮ ਕੀਤਾ ਤਾਂ ਡਾਕਟਰ ਲਾਜਵੰਤੀ ਰਾਮਕ੍ਰਿਸ਼ਨ ਨੇ ਵੀ ਇੱਕ ਸ਼ਲੋਕ ਦੀ ਦਾਤ ਦਿੱਤੀ ਆ ਕਿ ਜਿਹਦੇ 'ਚ ਬਾਬਾ ਫਰੀਦ ਕਹਿੰਦੇ ਆ
कि जिस आसन हम बैठ गए केते बैठ गया जी, भी ये बाणी गुरु साहब की बाबा फरीद की बाणी नहीं, ये शेख ब्रह्म की बाणी है। पर हुण साडे खोजियां ने इस गल नूं स्पष्ट कर दिता आ कि सारी की सारी बाणी जिहड़ी गुरु ग्रंथ साहिब विच दर्ज आ चार शब्दों के रूप च ते 112 श्लोकों के, ये बाणी शेख फरीद की बाणी आ, ये शेख फरीद शकरगंज बाबा की बाणी आ, अपने दी फरीद सानी दी बाणी नहीं जी। जी जी तुहानूं दस दईए कि श्री गुरु ग्रंथ साहिब जी दे विच बाबा शेख फरीद जी की जिहड़ी बाणी दर्ज है उहदे विच चार शब्द ने, ते उहनां चार शब्दों के विचों दो शब्द आसा राग दे विच ने ते दो सूही राग दे विच ने। उत्थे ही 112 श्लोक भी उहनां दे श्री गुरु ग्रंथ साहिब जी दे विच दर्ज ने, जो कि श्री गुरु अर्जन देव जी ने उहनां दी बाणी है जिहड़ी उह श्री गुरु ग्रंथ साहिब जी विच दर्ज करवाई सी। उत्थे ही जिहड़ी वी जिन्नी वी बाणी है बाबा फरीद जी वल्लों लिखी गई है, उस बाणी दे तत्थ दे बारे तुसीं की कहोगे? देखो मैं समझदा कि बाबा फरीद सूफी मत दे साडे मुढ़ले जिहड़े हैगे दानशवर उहनां विचों आ, ते इस्लाम दी इक शाखा ही सी सूफी मत, ते सूफी मत दा जिहड़ा मुख संदेश आ उह इंसान मुहब्बत दा, इंसान दोस्ती दा संदेश आ जी। इस करके जे बाबे बाणी, बाबे फरीद दी बाणी जां गुरु नानक साहिब दी बाणी दी आपां जे गल करिए, तां मैं सोचदा इस समुची बाणी दा, चाहे उह भगत बाणी आ, चाहे उह सूफी बाणी आ, चाहे साडी गुरबाणी आ, इहदा मुख संदेश सारी दुनिया नूं प्यार ते मुहब्बत दी लड़ी विच परोण दा आ। इहदीआं दो उदाहरणां ने, कहा जांदा कि बाबा फरीद नूं दिल्ली दे इक मुसलमान कारीगर ने कैंची भेट कीती, तां बाबा फरीद ने उहनूं कहा कि कैंची नहीं मैनूं सूई दिओ, क्योंकि कैंची कटदी आ, असीं तां सूई नाल जोड़न वाले हाँ, असीं लोकां दे दिलां नूं जोड़न वाले हाँ। जां बाबा फरीद दा इक बहुत ही मशहूर शब्द आ, मैं समझदा कि राग आसा दे विच जिहड़ा बाबा फरीद दा शब्द आ, उस शब्द में ही उनकी बाणी का मैसेज पिया, दिली मुहब्बत जिन सेई सच्चिया, दिलों मुहब्बत जिन सेई सच्चिया, जिन मन होर मुख होर ते काढ़े कच्चिया, रत्ते इश्क खुदाए दे रंग दीदार के, बिसरिया जिन नाम ते भोए पारथीए। अगली सतत देखो जी, जो कहते हैं कि आप लिए लड़ लाए दर दरवेश से, तिना धन जमेंदी माओ आए सफल से। दुनिया ते आउणा उन्हां दा सफल आ, उन्हां मावां दे बच्चे ही सफल हुंदे ने, ओह मावां धन ने जिन्हां दे पुत्तरां नूं परमात्मा दे दर च ढोई मिलदी आ, ते परमात्मा दे दर च ढोई मुहब्बत करके मिलदी आ। होया इह कि मध्यकाल दे समें च जिहड़े साडे पुजारी सी, उन्हां ने धर्म साधना नूं ते धर्म रीतियां नूं इक तरह दा व्यापार ते बिजनेस बना लिया। बिल्कुल, इस करके उहदे च बहुत सारे भेख, बहुत सारे कर्मकांड शामिल हो गए। सारी बाणी, सूफी बाणी, भगती काव्य, ਇਹ ਸਾਰੇ ਜਿਹੜਾ ਸਾਡੀ ਪੁਰਾਣੀ ਭਗਤੀ ਭਾਵਨਾ ਸੀ, ਜਿਹਨੂੰ ਅਸੀਂ ਕਹਿੰਦੇ ਹਾਂ ਨਾ ਹੱਠ ਸਾਧਨਾ, ਇਹ ਹੱਠ ਸਾਧਨਾ ਦੇ ਮੁਕਾਬਲੇ 'ਤੇ ਪ੍ਰੇਮਾ ਭਗਤੀ ਦੀ ਗੱਲ ਕਰਦੇ ਆ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਆ ਕਿ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਸੋ ਸਮੁੱਚੀ ਬਾਣੀ ਦਾ, ਮੈਂ ਸਮਝਦਾ ਕਿ ਫਰੀਦ ਦੀ ਬਾਣੀ ਦਾ ਮਹੱਤਵ ਵੀ ਇਸ ਗੱਲ ਵਿੱਚ ਆ ਕਿ ਫਰੀਦ ਨੇ ਇਨਸਾਨ ਦੋਸਤੀ ਦਾ, ਇਨਸਾਨੀ ਮੁਹੱਬਤ ਦਾ, ਇੱਕ ਦੂਜੇ ਨੂੰ ਨਫ਼ਰਤ ਨਾ ਕਰਨ ਦਾ ਸੰਦੇਸ਼ ਪੜਾਇਆ। ਬਿਲਕੁਲ, ਜੇ ਆਪਾਂ ਬਾਬਾ ਫਰੀਦ ਜੀ ਦੇ ਸੰਦੇਸ਼ ਦੀ ਗੱਲ ਕਰੀਏ, ਜਾਂ ਫਿਰ ਹੋਰ ਜਿੰਨੀਆਂ ਵੀ ਰੂਹਾਨੀ ਰੂਹਾਂ ਹੋਈਆਂ ਨੇ ਉਹਨਾਂ ਦੀ ਗੱਲ ਕਰੀਏ, ਤਾਂ ਹਰ ਇੱਕ ਦੇ ਵੱਲੋਂ ਏਕੇ ਦਾ, ਮੁਹੱਬਤ ਦਾ, ਖੁਸ਼ੀਆਂ ਦਾ, ਸੁੱਖ ਦਾ ਜਿਹੜਾ ਸੰਦੇਸ਼ ਹੈ ਉਹੀ ਦਿੱਤਾ ਗਿਆ। ਪਰ ਅੱਜ ਦੇ ਜਿਹੜੇ ਹਾਲਾਤ ਨੇ, ਜਿੱਥੇ ਧਰਮ ਨੇ ਜਿਹੜੇ ਇੱਕ ਰਾਜਨੀਤੀ ਦੇ ਵਿੱਚ ਤਬਦੀਲ ਹੋ ਗਏ ਨੇ, ਰਾਜਨੀਤੀ ਧਰਮਾਂ ਦੇ ਉੱਤੇ ਕੀਤੀ ਜਾ ਰਹੀ ਹੈ, ਅਤੇ ਜਿਹੜੇ ਇਹ ਪੈਗਾਮ ਨੇ, ਇਹਨਾਂ ਪੈਗਾਮਾਂ ਨੂੰ ਪੂਜਿਆ ਤਾਂ ਜ਼ਰੂਰ ਜਾਂਦਾ, ਪਰ ਇਹਨਾਂ ਪੈਗਾਮਾਂ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਨਹੀਂ ਕੀਤਾ ਜਾ ਰਿਹਾ, ਸਾਫ਼ ਦਿਖਾਈ ਦੇ ਰਿਹਾ। ਜੀ 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 ਜੀ, ਤੁਸੀਂ ਕਹੋਗੇ ਇਹਦੇ ਬਾਰੇ? ਦੇਖੋ ਬਾਬਾ ਫਰੀਦ ਦੀ ਜਿਹੜੀ ਬਾਣੀ ਆ, ਉਹਦਾ ਜਿਹੜਾ ਦੂਜਾ ਮਹੱਤਵ ਮੇਰੀ ਸਮਝ 'ਚ ਆਉਂਦਾ ਆ, ਉਹ ਇਹ ਆ ਕਿ ਅੱਜ ਦਾ ਜ਼ਮਾਨਾ ਜਿਹੜਾ ਖਪਤ ਦਾ ਜ਼ਮਾਨਾ ਆ, ਪਦਾਰਥ ਧਨ ਦੌਲਤ ਇਕੱਠੇ ਕਰਨ ਦਾ ਜ਼ਮਾਨਾ ਆ, ਇਸ ਜ਼ਮਾਨੇ 'ਚ ਬਾਬਾ ਫਰੀਦ ਇਸ ਕਰਕੇ ਵੀ ਪ੍ਰਸੰਗਕ ਹੋ ਜਾਂਦਾ ਆ ਕਿ ਬਾਬਾ ਫਰੀਦ ਨੇ ਆਪਣੇ ਵੇਲੇ ਦੇ ਹਾਕਮਾਂ ਦੇ ਜੀਵਨ ਨੂੰ ਬਹੁਤ ਨੇੜਿਓਂ ਦੇਖਿਆ ਸੀ, ਕਿਉਂਕਿ ਬਾਬਾ ਫਰੀਦ ਆਪ ਬਲਬਨ ਦਾ ਜਵਾਈ ਸੀ ਜੀ। ਬਾਬਾ ਫਰੀਦ ਨੂੰ ਜਦੋਂ ਬਲਬਨ ਨੇ ਆਪਣੀ ਧੀ ਦਾ ਜੋੜਾ ਦਿੱਤਾ, ਕਿਹਾ ਜਾਂਦਾ ਇਹ ਗੱਲ ਕਿੰਨੀ ਕੁ ਸੱਚ ਆ, ਇਹ ਗੱਲ ਬਾਰੇ ਮੈਂ ਬਹੁਤਾ ਤਾਂ ਕਨਫਰਮ ਨਹੀਂ, ਪਰ ਕਿਤਾਬ ਮਿਲਦੀ ਆ ਜ਼ਵਾਰੇ ਫਰੀਦੀ, ਅਤੇ ਜਿਹਦੇ ਲੇਖਕ ਨੇ ਉਸ ਵੇਲੇ ਦੇ ਬੜੇ ਵੱਡੇ ਵਿਦਵਾਨ ਲੇਖਕ ਨੇ ਇਸ ਕਿਤਾਬ ਦੇ, ਕਰਤਾ ਜਿਹੜੇ ਨੇ ਜ਼ਵਾਰੇ ਫਰੀਦੀ ਦੇ, ਅਲੀ ਅਸਗਰ ਚਿਸ਼ਤੀ, ਅਲੀ ਅਸਰਾਰ ਚਿਸ਼ਤੀ, ਅਲੀ ਅਸਰਾਰ ਚਿਸ਼ਤੀ ਦੀ ਜਿਹੜੀ ਕਿਤਾਬ ਆ ਜਵਾਹਰੇ ਫਰੀਦੀ, ਉਹਦੇ 'ਚ ਇੱਕ ਹਵਾਲਾ ਆਉਂਦਾ ਆ ਕਿ ਬਲਬਨ ਨੇ ਆਪਣੀ ਧੀ ਦਾ ਡੋਲਾ ਬਾਬਾ ਫਰੀਦ ਨੂੰ ਦਿੱਤਾ, ਅਤੇ ਕਿਹਾ ਜਾਂਦਾ ਕਿ ਬਲਬਨ ਨੇ ਆਪਣੀ ਧੀ ਦੇ ਵਿਆਹ ਦੇ ਵਿੱਚ, ਨਿਕਾਹ ਦੇ ਸਮੇਂ ਬਾਬਾ ਫਰੀਦ ਨੂੰ ਕੁਝ ਪਿੰਡਾਂ ਦੀ ਜ਼ਗੀਰ ਦਿੱਤੀ, ਬਹੁਤ ਸਾਰਾ ਧਨ ਦਿੱਤਾ, ਅਤੇ ਨਾਲ ਦੀ ਨਾਲ ਹੋਰ ਬਹੁਤ ਸਾਰੀਆਂ ਇੱਕ ਪਟਾ ਦਿੱਤਾ ਜ਼ਮੀਨ ਦਾ, ਨਾਲ ਹੋਰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ, ਅਤੇ ਕਿਹਾ ਜਾਂਦਾ ਆ ਕਿ ਬਾਬਾ ਫਰੀਦ ਨੇ
उस सुल्तान की बेटी पुछया कि मेरी दरगाह तो भुंजे सौना पैंदा आ, तो मेरी दरगाह इतों जंगल चो मिलने वाले बन चो मिलने वाले डेले खाधे जाते हैं, तू एक बहुत अमीर परिवार की बेटी है, तू ये सारा कुछ छड़ के जी लेगी, तू मेरे नाल भुखी मर लेगी तो थले सौ लेगी इतने। तो क्या जिंदा कि उन्हें बीबी ने हाँ की, तो बाबे फरीद ने उन्होंने कहा भी आ डब्बी लै तो दाज में अग ला दे। जिहड़े पिंड दिते गए सी बाबा फरीद ने, वह पिंड जागीर वजो लैण तो ना कर दिती, जिहड़ा धन दौलत आया सी लोड़वंदां नूं वंड दिता। तो बाबा फरीद इन्नी सादगी का जिंदगी जींदे रहे आ कि बाबा फरीद की दरगाह में कहा जाता कि जिहड़ा बाबा फरीद का डेरा सी जिथे जिन्हों अजोधन कहने पाकपटन अज का ना, हाँ जी, पाकपटन जी बाबा फरीद की खानकाह सी, बाबा फरीद की जिहड़ी जिथे बाबा फरीद का जमैतखाना सी, जिथे वह पढ़ाता सी तलीम दिंदा सी लोगों नूं, उत्थे इन्नी गरीबी का जीवन सिखाया जाता सी कि एक बार लूण मुक गया तो जिहड़े खांदे सी लोग उत्थे वह बणा चों तोड़ लियांदे सीगे डेले, तो उबाल के खाते से बड़े खट्टे से, लूण बिना खाधे नहीं आते। तो उस दिन उन्होंने कहा भी लूण है नहीं, असी कितों उधार ले लगे। बाबा फरीद ने मना किया, कहा जाता कि जो बाबा फरीद को शाम को रोजा तोड़ने लिए कहा गया तो बाबा फरीद ने डेला मूँह च पाया तो वो लूण से, तो बाबा फरीद ने थुक दिता, तो नाल कह दिता कि ये सारे डेले जो उबले बाहर सुट दे। मतलब की सी कि किसी का लैके नहीं खाना, किसी तो कुछ लैके नहीं खाना। और बाबा फरीद बार बार कह रहे कि रुखी मिस्सी खाए के ठंडा पानी पी, बेख पराई चोपड़ी ना तरसाई जी, क्यों कह रहे हैं? असल च उस वेले हाकम बलासी हो गए सी, ऐशवर्य जी की जिंदगी जींदे सी, अपने मनुखी फर्जा तो भुल गए सी। इसे करके बाबा फरीद उन्हूं बार बार याद कराउंदा, बाबा फरीद उन्हूं चेतावनी दिंदा मौत दी, ते बार बार ये कहिंदा कि कोठे मंडप माड़ियां उसार दे भी गए, कूड़ा सौदा कर गए गोरी जाए पए, महल माड़ियां उसार नूं धन दौलत इकट्ठा करन नूं कूड़ा सौदा कह रहे ने, ते सानूं उहदे साथ सादगी सिखा रहे ने, परहेजगारी सिखा रहे जी। बिल्कुल बहुत सही गल तुसी कही है, यही कारण है कि जिहड़े बाबा फरीद जी की आपां बाणी की गल कर लैने और गुरुआं पीरियां की जिहड़ी गुरबाणी हर एक जिहड़ी बाणी है उही संदेश दिंदी है, तो उस संदेश नूं मत्था टेकिया जांदा है, उस संदेश है जिहड़ा उह उहनां नूं गुरु जिहड़े ग्रंथ ने उहनां नूं मत्था टेकिया जांदा है। राजनीतिक आगू वड्डे वड्डे एक दिखावे दे लई उत्थे जा के सिर तां झुकाउंदे ने, पर जिहड़ा उस संदेश जिहड़ा उह दित्ता जांदा है उहनूं अपने जीवन दे विच लागू करन तों किते परे ने। गलबात जारी रखांगे पर ब्रेक तो बाद। ब्रेक तो बाद थोड़ा अस्ते मुद्दे विच स्वागत है। जिवें कि आपां बाबा शेख फरीद जी दे आगमन पुरब नूं समर्पित अस्ता मुद्दा है, अस्ते मुद्दे विच बाबा शेख फरीद जी दे बारे आपां गलबात कर रहे हां, उन्हां दे जीवन दे बारे गलबात कीती, उन्हां दी सिक्ख्या दे बारे गलबात कीती, ते उन्हां दी सिक्ख्या है जिहड़ी उहदे रस्ते दे उत्ते किन्ना कु अज चलिया जा रिहा है, किन्ना कु उहनूं फॉलो कीता जा रिहा उहदे बारे। हुण देखो जिहड़ा अज दा दौर आ ये बाबा फरीद के दौर तो बिल्कुल वखरा आ, अज दियां वैल्यूज़ ना उस तरह दियां ना अज उस तरह का जीवन जिया भी नहीं जा सकता, पर बाबा फरीद तो एक सिक्ख्या जरूर ले जा सकती है। अज जिहड़े साडे राजनीतिक आगू ने वो डेरियां नूं ते सारे धर्मां नूं ते ईवन धर्म ग्रंथां नूं अपनी सत्ता हासिल करन दी पौड़ी दे तौर ते वरतदे ने जी। ये कम बाबा फरीद दे समें विच भी हुंदा रिहा, उस वेले दे मुगल हाकम भी दरवेशां तों दुआवां मंगण आउंदे सी, दरवेशां नूं नजराने भेट करदे सी, उन्हां दीआं दरगाहां नूं जगीरां दिंदे सी, पर एक समें बाद सूफी दरवेशां ने अपने वेले दे हाकमां नालों अपना नाता तोड़ लिया सी, ते बहुत सारीआं दरगाहां बादशाहां दे दरबार दे मुकाबले ते उन्हां दे विरोध विच लोकां च वधेरे पापूलर हो गईआं सी। अज जदों असीं देखदे हां कि अज दे जमाने विच वी लगभग इही काम हो रहे ने। बाबा फरीद बारे इह कहा जांदा कि बलबन ने बाबा फरीद तों इक वारी बाबा फरीद नूं चिट्ठी लिखी कि मैं महमते जाना आ, मैं जेतू होवां, मैनूं दुआ दिओ, ते बाबा फरीद ने उन्हूं यह कह के टाल दिता कि मैं तां सारी दुनिया का भला मंगदा आ, जदों सारी दुनिया का भला मंगदा विच तेरा भी भला मंग लिया जांदा है। बाबा फरीद ने अपनी जीवन च बलबन नूं केवल एक चिट्ठी लिखी आ, वह भी एक गरीब बंदे की मदद करन वास्ते। सो बहुत सारीआं दरगाहां सूफी दरगाहां ऐसीआं सी कि जिहड़ीआं राज दरगाह दे विरोध विच लोकां नूं राहत दिंदीआं सी, इस करके बहुत सारे सूफियां नूं बादशाहां वल्लों सजावां भी मिलदियां गईआं, क्योंकि बादशाहां दे जिहड़े दरबारी सी उह बादशाहां नूं सूफियां दे खिलाफ़ भड़का दिंदे सी। कहा तां इह भी जांदा कि जदों निजामुद्दीन औलिया दिल्ली च रहि रहे सी तां दिल्ली दे हुकमरान ने अमीर खुसरो नूं कहा कि मैं बाबा निजामुद्दीन औलिया दे दरबार ते जाणा चाहुंदा, तां निजामुद्दीन औलिया ने उहनूं मना कर दित्ता बार बार रोकण ते। जदों पता लग गया निजामुद्दीन औलिया नूं कि सवेरे मेरे को बादशाह आ रहा है तो वह दरगाह छड के चले गए, दरगाह उजाड़ के चले गए, तो कहा जाता है कि उस गल की खबर
सिर्फ अमीर खुसरो नू सी जां बादशाह नू सी। बादशाह ने बड़े कहरबान होकर अमीर खुसरो वाल देखिया कि यह तेनू पता सी, तू ही दस्या होगा निजामुद्दीन औलगा, तंगो चले गए। तो निजामुद्दीन औलगा के उस शिष्य ने अमीर खुसरो ने जिहड़ा दरबारी भी आ ते निजामुद्दीन औलगा का चेला भी आ ते हिंदुस्तान का बहुत वड्डा पोइट भी आ, फारसी च जे कोई प्रवान होया जहाने फारसी विच जे कोई लेखक प्रवान होया हिंदुस्तान का तो वह अमीर खुसरो ही सी। तो अमीर खुसरो ने बादशाह नू सिर चुका के कहा कि मेरे को सिर सी जां ईमान सी, मैं सिर नू दांत ते ला के अपना ईमान नवाया आ, मैं ही अपने गुरु नू दस्या आ कि तुसीं इत्थे आउणा आ, तुसीं मेरा सिर कट सकदे आ पर मैं सिर नालों अपने ईमान की वध परवाह की आ, मैनू सिर प्यारा नहीं मैनू ईमान ते धर्म प्यारा आ। सो अज बाबा फरीद इस करके भी बहुत प्रसंगक आ कि अज दे हाकम भी लगभग उही कुछ कर रहे ने जो बाबा फरीद दे समय दे हाकम कर रहे सी। बाबा फरीद की कह रहा बार बार कि कोठे मंडप माड़ियां असारदे भी गए, जां जदों बाबा फरीद कहिंदा कि कोठे मंडप माड़ियां इतना लाए चित मिट्टी पई अतोलमी काय ना होसी मित। बाबा नानक कहते बड़ी दौलत आ, बाबा फरीद कहते बड़ी दौलत आ इस दुनिया से, तू इस दौलत में दिल ना ला, अपने अकीदे ते कायम रह, इस संसार की इस परमात्मा के सरजे हुए मनुखा की सेवा कर। बिल्कुल जी, तो जिवें तुसीं कहा कि अज के हाकमां का भी यही हाल है, जिक्र योग है कि अजकल हाल इतों तक हो गया कि जिहड़ा खास तौर पर दुनिया नूं दिखाया जाता है, एक बंदे नूं खास तौर पर उन्हूं उत्ते ठप्पा लाया जाता राजनीतिक आगुआं दे वल्लों कि एक रूहानी रूह है, तो उन्हूं 50-50 लाख रुपए के तोहफे जिहड़े पहुँचाए जाते हैं, तो इतों तक कि उन्होंने जिहड़ी उन्होंने मुलाकात करन दे लई टिकटां तक रखियां जांदियां ने 10-10 हज़ार रुपए दी, जिहड़ी उन्होंने नेड़े तो उन्होंने देखणगे, उन्होंने लख-लख रुपए की टिकट है, उन्होंने थोड़ी दूर तो देखणगे तो उन्होंने 10-10 हज़ार रुपए की जिहड़ी टिकटां लाईआं जांदियां ने, वो किधरों के दरपेश ने, वो किधरों दे। देखो मैं तुहाडा इशारा समझ गया कि अज डेरावाद के नाँ ते अज धर्म भी एक तरह बाजार की चीज़ बन गया, अज धर्म के नाँ ते जो पिछले 10 दिन तो असीं खबरां देख रहे हैं जो डेरा सच्चा सौदा विच होया, मैं समझदा कि एक पासे बाबा फरीद की परहेजगारी आ सादगी आ, ते दूजे पासे साडे हुण दे संत ने चाहे वह डेरा सच्चा सौदा वाले होण चाहे इस तो पहला कुछ डेरियां दे असीं हाल देख चुके हैं, बिल्कुल अज कुछ जिहड़े डेरियां दे संत ने वह बलात्कारां दे केसां चंदर ने, एक पासे वह लोग सी जिहड़े परहेजगार सी जिहड़े लोगों नूं सादगी दे जीवन दा उपदेश दिंदे सी, ते एक पासे अज जिहड़े साडे राजनीतिक आगू आ वह इन्हां डेरियां नूं सत्ता सियासत की पौड़ी के तौर पर वरतदे आ, ते इस करके इन्हां डेरियां नूं वह बहुत सारियां ऐसियां सहूलतां दिंदे आ, किसी कॉलेज नूं जां किसी खित्ते दे स्कूलां नूं राशि देने की बजाय अज एक एक संत दे जन्मदिन के 51-51 लाख की राशि सरकार दिंदियां ने, जदों किसान एक पासे खुदकुशियां कर रहे हैं और उत्थों दा जिहड़ा एक सूबे दा जिहड़ा हैगा सिक्ख्या मंत्री उत्थे नतमस्तक होंदा है, जाके मुख्यमंत्री भी हुंदा है, मुख्यमंत्री भी हुंदा है, सिक्ख्या मंत्री मुख्यमंत्री उत्थे दे सारे कैबिनेट मंत्री ने जिहड़े उत्थे जाके सिर झुकाउंदे ने, सगो लोकां नूं दसदे ने कि जिहड़े असीं अपने अहुदे प्राप्त कीते ने ओह वी इन्हां दे कारण कीते ने, ते लोकां दी जिहड़ी गिणती है उत्थे डेरे विच वधाई जांदी है खास तौर ते जदों प्रधानमंत्री किसी डेरे च जाके उस डेरे दे उन्हां संतां दी सलाघा करे जिहड़े अज बलात्कार दे केस विच अंदर ने, तो मैं समझदा कि जो प्रधानमंत्री आदा खासा भी साढ़े सामने आ जाता है। बिल्कुल जी, आप तुलना करके देखिए जिवें बाबा शेख फरीद जी होए ने, उन्होंने गुरबाणी जी उन्हें रचना की है, गुरुआ पीरा ने गुरबाणी की रचना की है, वह गुरबाणी जी रही दुनिया तक जी तो सिक्ख्या हासिल की जाएगी, वह तो सिक्ख्या ले जाएगी, पर अजक जोड़े अपना बने हुए ने अपने आप में जो रब का रूप कहते हैं वह Z+ सिक्योरिटी तो बिना निकलते नहीं, तो उस तो बाद उन्होंने वालों की उन्होंने रचना है कि मतलब एक तरीके नाल लोकां नूं भटकाया जा रहा रस्ते तो, आखिर जिहड़े इन्ने साल पहलां एक गुरबाणी की रचना हुई, एक सिक्ख्या दित्ती बाबा शेख फरीद जी ने दित्ती, उस तो बाद जिहड़े गुरुआं पीरां जिन्ने भी होए ने सब ने जिहड़ी एक सिक्ख्या दित्ती है, उस सिक्ख्या दे उत्ते अज भी जिहड़े उदो तत्थ ने जिंदगी दे उहदे आधार ते निकलदे ने, एक चंगे जीवन उहनां दे आधार ते एक चंगे जीवन दी जिहड़ा उह बतीत कीता जा सकदा है अज भी, ते रहिंदी दुनिया तक जिहड़ा उहदा महत्व है उसे तरह रहेगा। उत्थे जे आपां बाबा शेख फरीद जी की गल करदे आ तां बाबा शेख फरीद जी पंजाबी दे विच पहले कवि भी होए ने, जी जी उहदे बारे तुसीं की कहोगे? देखो बाबा फरीद पंजाबी दे पहले कवि भी आ, ते मैं समझदा कि पंजाब नूं एक खास किस्म की तरबियत देण वाले, पंजाबी रहतल नूं पंजाबी सभ्याचार नूं एक खास किस्म की दिशा देण वाले भी कवि आ। हाँ जी, बाबा फरीद का संबंध तो असलाम नाल सी, ते असलाम की जिहड़ी भाषा आ उह अरबी ते फारसी आ, बाबा फरीद आप अरबी ते फारसी दे बहुत वड्डे आलम भी आ, पर उन्होंने आम लोगों को सिक्ख्या देने की बजाय अपने धर्म की प्रमाणित भाषा नूं भी छड्ड दिता। जी, उहदा कारण यह सी कि कल्ले बाबा फरीद ने नहीं,
ਅਸੀਂ ਗੁਰੂ ਨਾਨਕ ਨੂੰ ਦੇਖਦੇ ਹਾਂ, ਸੂਫੀ ਸੰਤਾਂ ਨੂੰ ਦੇਖਦੇ ਹਾਂ, ਭਗਤਾਂ ਨੂੰ ਦੇਖਦੇ ਹਾਂ, ਜਾਂ ਅਸੀਂ ਗੁਰੂ ਸਾਹਿਬਾਨ ਨੂੰ ਦੇਖਦੇ ਹਾਂ, ਤਾਂ ਇੱਧਰਲੇ ਪਾਸੇ ਅਸੀਂ ਦੇਖਦੇ ਹਾਂ ਕਿ ਹਿੰਦੁਸਤਾਨ ਦੀ ਜਿਹੜੀ ਧਰਮ ਦੀ ਭਾਸ਼ਾ ਹੈ ਉਹ ਸੰਸਕ੍ਰਿਤ ਆ। ਸਾਡੇ ਸੰਤਾਂ ਭਗਤਾਂ ਨੇ ਸੰਸਕ੍ਰਿਤ ਤਿਆਗ ਦਿੱਤੀ, ਸੂਫੀਆਂ ਨੇ ਫਾਰਸੀ ਤਿਆਗ ਦਿੱਤੀ। ਅਸਲ 'ਚ ਇਹ ਭਾਸ਼ਾਵਾਂ ਲੋਕਾਂ ਦੀਆਂ ਭਾਸ਼ਾਵਾਂ ਹੀ ਨਹੀਂ ਸਨ, ਇਹ ਦਰਬਾਰ ਦੀਆਂ, ਧਰਮ ਦੀਆਂ, ਰਾਜ ਦੀਆਂ ਅਤੇ ਸੱਤਾ ਦੀਆਂ ਭਾਸ਼ਾਵਾਂ ਸਨ। ਇਹਨਾਂ ਦੇ ਮੁਕਾਬਲੇ 'ਤੇ ਉਹਨਾਂ ਨੇ ਲੋਕਾਂ ਦੀ ਭਾਸ਼ਾ ਨੂੰ ਚੁਣਿਆ, ਦਰਬਾਰ ਦੀ ਭਾਸ਼ਾ ਨੂੰ ਛੱਡ ਕੇ ਲੋਕਾਂ ਦੀ ਭਾਸ਼ਾ ਨੂੰ ਚੁਣਨਾ, ਅਲੀਟ ਦੀ ਭਾਸ਼ਾ ਨੂੰ ਛੱਡ ਕੇ, ਅਮੀਰਾਂ ਦੀ ਭਾਸ਼ਾ ਨੂੰ ਛੱਡ ਕੇ ਗਰੀਬਾਂ ਦੀ ਭਾਸ਼ਾ ਨੂੰ ਚੁਣਨਾ। ਇਹ ਆਪਣੇ ਆਪ 'ਚ ਇਹ ਚੋਣ ਹੀ ਦੱਸਦੀ ਆ ਕਿ ਉਹ ਕਿਸ ਧਰਮ ਨਾਲ ਖੜੇ ਸੀ, ਉਹ ਕਿਹਦੇ ਨਾਲ ਖੜੇ ਸੀ। ਜਦੋਂ ਬਾਬਾ ਨਾਨਕ ਇਹ ਕਹਿ ਰਿਹਾ ਕਿ ਨੀਚਾ ਅੰਦਰ, ਨੀਚ ਜਾਤ, ਨੀਚੀ ਹੂੰ ਅਤ ਨੀਚ, ਹਾਂਜੀ, ਤਾਂ ਉਹਦਾ ਮਤਲਬ ਬਾਬਾ ਨਾਨਕ ਦਾ ਕੀ ਆ ਕਿ ਮੈਂ ਕਿਹਦੀ ਧਰਮ ਨਾਲ ਖੜਾ ਹਾਂ। ਇਸੇ ਕਰਕੇ ਉਹ ਬੋਲੀ ਨੂੰ ਕਹਿ ਰਹੇ ਨੇ, ਇਸ ਕਰਕੇ ਬੋਲੀ 'ਤੇ ਉਹ ਕਟਾਸ਼ ਕਰਦੇ ਆ ਕਿ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ਜਾਂ ਜਦੋਂ ਉਹ ਕਹਿ ਰਹੇ ਆ ਕਿ ਸੰਸਕ੍ਰਿਤ ਹੈ ਕੂਪਜਲ, ਸੰਸਕ੍ਰਿਤ ਹੈ ਕੂਪਜਲ ਭਾਸ਼ਾ ਬਹਿਤਾ ਨੀਰ, ਸੰਸਕ੍ਰਿਤ ਅਤੇ ਫਾਰਸੀ ਦੇ ਵਿਰੋਧ ਵਿੱਚ ਲੋਕਾਂ ਦੀਆਂ ਬੋਲੀਆਂ ਨੂੰ ਚੁਣਨਾ ਆਪਣੇ ਆਪ 'ਚ ਹੀ ਬਹੁਤ ਵੱਡਾ ਇਨਕਲਾਬੀ ਕੰਮ ਸੀ। ਬਾਬਾ ਫਰੀਦ ਨੇ ਲੋਕਾਂ ਦੀ ਬੋਲੀ ਇਸ ਕਰਕੇ ਚੁਣੀ ਆ ਕਿ ਬਾਬਾ ਫਰੀਦ ਅਤੇ ਉਹਦੇ ਵਰਗੇ ਦਰਵੇਸ਼ ਇਹ ਲੋਕਾਂ 'ਚ ਵਿਚਰਦੇ ਸੀ, ਇਹਨਾਂ ਦੀਆਂ ਦਰਗਾਹਾਂ ਲੋਕਾਂ ਨੂੰ ਰਾਹਤ ਦਿੰਦੀਆਂ ਸੀ, ਇਹਨਾਂ ਦੀਆਂ ਦਰਗਾਹਾਂ ਦੇ ਵਿੱਚ ਗਰੀਬ ਆਦਮੀ ਨੂੰ ਰੋਟੀ ਮਿਲਦੀ ਸੀ, ਲੰਗਰ ਦੀ ਪ੍ਰਥਾ ਜਿਹੜੀ ਸੀਗੀ, ਲੰਗਰ ਦੀ ਪ੍ਰਥਾ ਹੀ ਆਪਣੇ ਆਪ 'ਚ ਸਟੇਟ ਦੇ ਵਿਰੋਧ ਵਿੱਚ ਜਾਂਦੀ ਆ ਕਿ ਸਟੇਟ ਲੋਕਾਂ ਦੀ ਕਿਰਤ ਦਾ ਮੁੱਲ ਵੀ ਨਹੀਂ ਮੋੜਦੀ, ਪਰ ਸੂਫੀ ਦਰਵੇਸ਼ ਦੀ ਦਰਗਾਹ ਦੇ ਉੱਤੇ ਆ ਕੇ ਗਰੀਬ ਗੁਰਬੇ ਨੂੰ ਰੋਟੀ ਮਿਲ ਜਾਂਦੀ ਆ, ਇਲਾਜ ਮਿਲ ਜਾਂਦਾ ਆ, ਬੱਚਿਆਂ ਨੂੰ ਸਿੱਖਿਆ ਮਿਲ ਜਾਂਦੀ ਆ। ਇਸ ਕਰਕੇ ਜਿਹੜੀਆਂ ਦਰਗਾਹਾਂ ਸੀ ਉਹ ਲੋਕਾਂ 'ਚ ਇੰਨੀਆਂ ਮਕਬੂਲ, ਇਸ ਕਰਕੇ ਸੂਫੀਆਂ ਦੇ ਦਾਇਰੇ, ਸੂਫੀਆਂ ਦੇ ਤਕੀਏ ਇਸੇ ਕਰਕੇ ਬਹੁਤ ਮਕਬੂਲ ਹੋਏ। ਔਰ ਇਸੇ ਕਰਕੇ ਬਾਣੀ ਦੇ ਵਿੱਚ ਅਸੀਂ ਦਰਬਾਰ ਅਤੇ ਸੱਚਾ ਦਰਬਾਰ ਸ਼ਬਦ ਵਰਤਦੇ ਹਾਂ। ਇੱਕ ਪਾਸੇ ਬਾਦਸ਼ਾਹਾਂ ਦੇ ਦਰਬਾਰ ਨੇ ਜਿਹੜੇ ਝੂਠ ਦੇ ਪਲੰਦੇ ਨੇ, ਦੂਜੇ ਪਾਸੇ ਸੂਫੀਆਂ ਦੇ ਦਰਬਾਰ ਨੇ ਜਿਹੜੇ ਉੱਥੇ ਲੋਕਾਂ ਨੂੰ ਰਾਹਤ ਦਿੰਦੇ ਆ। ਇਸੇ ਕਰਕੇ ਉਹਨਾਂ ਨੂੰ ਅਸੀਂ ਸੱਚਾ ਦਰਬਾਰ ਕਹਿੰਦੇ ਹਾਂ। ਜਦੋਂ ਅਸੀਂ ਕਹਿੰਦੇ ਹਾਂ ਕਿ ਬਾਦਸ਼ਾਹਾਂ ਦੇ ਨਾ ਅਮੀਰਾਂ ਦੇ, ਦੀਵੇ ਜਲ ਜਗਦੇ ਸਦਾ ਫਕੀਰਾਂ ਦੇ, ਅੱਜ ਫਰੀਦਕੋਟ ਦੀ ਧਰਤੀ 'ਤੇ ਬਾਬਾ ਫਰੀਦ ਦਾ ਦੀਵਾ ਜਗਦਾ ਆ। ਅੱਜ ਹਿੰਦੁਸਤਾਨ ਦੇ ਇਸਲਾਮ ਦੇ ਹਾਕਮਾਂ ਨੂੰ ਕੋਈ ਨਹੀਂ ਜਾਣਦਾ, ਪਰ ਹਿੰਦੁਸਤਾਨ ਦੇ ਸੂਫੀ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਆ। ਦੋ ਕਿਸਮ ਦੀਆਂ ਸਲਤਨਤਾਂ ਰਹੀਆਂ ਹਿੰਦੁਸਤਾਨ 'ਚ, ਇੱਕ ਡੰਡੇ ਨਾਲ ਰਾਜ ਕਰਨ ਵਾਲੀਆਂ, ਇੱਕ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ। ਅਤੇ ਦਿਲਾਂ 'ਤੇ ਰਾਜ ਕਰਨ ਵਾਲੇ ਰਹਿੰਦੀ ਦੁਨੀਆ ਤੱਕ ਜਿਉਂਦੇ ਰਹਿਣਗੇ ਅਤੇ ਜਿਉਂਦੇ ਰਹੇ ਨੇ। ਗੱਲਬਾਤ ਜਾਰੀ ਰੱਖਾਂਗੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਅੱਜ ਬਾਬਾ ਸ਼ੇਖ ਫਰੀਦ ਜੀ ਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ। ਜਿਵੇਂ ਕਿ ਬਾਬਾ ਸ਼ੇਖ ਫਰੀਦ ਜੀ ਪੰਜਾਬੀ ਦੇ ਜਿਹੜੇ ਪਹਿਲੇ ਕਵੀ ਹੋਏ ਨੇ, ਪਰ ਅੱਜ ਜਿਹੜਾ ਆਪਾਂ ਪੰਜਾਬੀਆਂ ਦੀ ਹੀ ਗੱਲ ਕਰ ਲੈਂਦੇ ਹਾਂ, ਇੱਥੋਂ ਤੱਕ ਹਾਲ ਹੋ ਗਿਆ ਕਿ ਪੰਜਾਬੀ ਹੈ ਜਿਹੜੇ ਉਹ ਜਿਹੜੇ ਬਾਬਾ ਸ਼ੇਖ ਫਰੀਦ ਜੀ ਦੇ ਵੱਲੋਂ ਪੰਜਾਬੀ ਦੇ ਵਿੱਚ ਕੀਤੀ ਗਈ ਰਚਨਾ ਹੈ ਉਹਨੂੰ ਵੀ ਉਹ ਪੜ੍ਹ ਨਹੀਂ ਸਕਦੇ। ਉਹਨਾਂ ਦੇ ਵੱਲੋਂ ਜਿਹੜਾ ਸਾਫ਼ ਤੌਰ 'ਤੇ ਜਿਹੜਾ ਇੱਥੋਂ ਤੱਕ ਕਹਿ ਦਿੱਤਾ ਜਾਂਦਾ ਕਿ ਸਾਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ, ਕੀ ਹਾਲ ਹੋ ਗਿਆ? ਦੇਖੋ ਬੇਟਾ, ਭਾਸ਼ਾ ਦੀ ਇੱਕ ਸਿਆਸਤ ਆ, ਭਾਸ਼ਾ ਕੋਈ ਸਧਾਰਨ ਵਰਤਾਰਾ ਨਹੀਂ, ਭਾਸ਼ਾ ਦੇ ਨਾਲ ਵੀ ਇੱਕ ਸਿਆਸਤ ਜੁੜੀ ਹੁੰਦੀ ਆ। ਆਮ ਤੌਰ 'ਤੇ ਰਾਜ ਸੱਤਾ ਦੀ ਅਤੇ ਤਾਕਤ ਦੀ ਭਾਸ਼ਾ ਹੋਰ ਲੋਕ ਬੋਲਦੇ ਆ ਅਤੇ ਆਮ ਲੋਕਾਂ ਦੀ ਭਾਸ਼ਾ ਹੋਰ ਹੁੰਦੀ ਆ। ਇਸ ਗੱਲ ਨੂੰ ਭਗਤੀ ਲਹਿਰ ਅਤੇ ਸੂਫੀ ਸੰਤਾਂ ਨੇ ਬਹੁਤ ਚੰਗੀ ਤਰ੍ਹਾਂ ਪਛਾਣ ਲਿਆ ਸੀ। ਇਸੇ ਕਰਕੇ ਭਗਤੀ ਲਹਿਰ ਦੇ ਭਗਤਾਂ ਨੇ ਅਤੇ ਸੂਫੀ ਕਵੀਆਂ ਨੇ ਅਤੇ ਸਿੱਖ ਗੁਰੂ ਸਾਹਿਬਾਨ ਨੇ ਆਪਣੇ ਵੇਲੇ ਦੀਆਂ ਦਰਬਾਰ ਦੀਆਂ ਭਾਸ਼ਾਵਾਂ ਨੂੰ, ਰਾਜ ਦੀਆਂ ਭਾਸ਼ਾਵਾਂ ਨੂੰ ਤਿਆਗ ਦਿੱਤਾ। ਭਗਤਾਂ ਅਤੇ ਗੁਰੂ ਸਾਹਿਬਾਨ ਨੇ ਸੰਸਕ੍ਰਿਤ ਨੂੰ ਤਿਆਗ ਦਿੱਤਾ, ਕਿਉਂਕਿ ਸੰਸਕ੍ਰਿਤ ਪੰਡਤਾਂ ਦੀ ਬੋਲੀ ਸੀ, ਮੁੱਠੀ ਭਰ ਲੋਕਾਂ ਦੀ ਬੋਲੀ ਸੀ, ਆਮ ਲੋਕਾਂ ਦੀ ਬੋਲੀ ਨਹੀਂ ਸੀ। ਆਮ ਲੋਕ ਉਸ ਵੇਲੇ ਹਿੰਦੁਸਤਾਨ ਦੀਆਂ ਸਥਾਨਕ ਜਵਾਨਾਂ ਦੇ ਵਿੱਚ ਬੋਲਦੇ ਸੀ, ਦੇਸੀ ਭਾਸ਼ਾਵਾਂ ਦੇ ਵਿੱਚ ਬੋਲਦੇ ਸੀ। ਇਸੇ ਤਰ੍ਹਾਂ ਜਿਹੜੇ ਹਿੰਦੁਸਤਾਨ 'ਚ ਬਾਹਰੋਂ ਆਏ ਮੁਗਲ, ਜਿਹੜੇ ਮੁਗਲ ਜਾਂ ਤੁਰਕ ਪਰਿਵਾਰ ਇੱਥੇ ਆਏ, ਉਹ ਫਾਰਸੀ ਬੋਲਦੇ ਸੀ, ਪਰ ਜਿਹੜੇ ਲੋਕ ਗਰੀਬ ਹਿੰਦੁਸਤਾਨ ਦੇ ਧਰਮ ਚ ਕਨਵਰਟ ਹੋ ਗਏ, ਉਹਨਾਂ ਨੂੰ ਉਹਨਾਂ ਦੀ ਰਾਤੋਂ ਰਾਤ ਭਾਸ਼ਾ ਨਹੀਂ ਸੀ ਬਦਲ ਜਾਣੀ, ਉਹ ਆਪਣੀਆਂ ਸਥਾਨਕ ਭਾਸ਼ਾਵਾਂ ਵਿੱਚ ਹੀ ਬੋਲਦੇ ਸੀ। ਇਸ ਕਰਕੇ ਸੂਫੀਆਂ ਨੇ ਅਤੇ ਭਗਤਾਂ ਨੇ ਜਾਣ ਬੁੱਝ ਕੇ ਇੱਕ ਵਿਚਾਰਧਾਰਕ ਲੜਾਈ ਲੜਨ ਦੀ ਖਾਤਰ ਅਮੀਰ ਜਮਾਤਾਂ ਦੀਆਂ ਭਾਸ਼ਾਵਾਂ ਨੂੰ ਤਿਆਗ ਦਿੱਤਾ, ਅਮੀਰ ਜਮਾਤਾਂ ਦੇ ਕਲਚਰ ਨੂੰ ਵੀ ਤਿਆਗ ਦਿੱਤਾ। ਇਸੇ ਕਰਕੇ ਉਹਨਾਂ ਨੇ ਜਿਹੜਾ ਲੋਕ ਦਾ ਕਲਚਰ ਸੀ, ਲੋਕਾਂ ਦੀਆਂ ਬੋਲੀਆਂ ਸੀ, ਲੋਕਾਂ ਦੇ ਅਕੀਦੇ ਸੀ, ਉਹਨਾਂ ਨੂੰ ਪ੍ਰਵਾਨ ਕੀਤਾ। ਜਦੋਂ ਅਸੀਂ ਬਾਬਾ ਫਰੀਦ ਨੂੰ ਦੇਖਦੇ ਹਾਂ ਤਾਂ ਬਾਬਾ ਫਰੀਦ ਨੇ ਇਕੱਲੀ ਪੰਜਾਬੀ 'ਚ ਨਹੀਂ ਲਿਖਿਆ, ਬਾਬਾ ਫਰੀਦ ਨੇ ਹਿੰਦੀ ਵਿੱਚ ਲਿਖਿਆ। ਬਾਬਾ ਫਰੀਦ ਦੇ ਚਾਰ ਸ਼ਲੋਕ ਰਾਜਸਥਾਨੀ 'ਚ ਮਿਲ ਜਾਂਦੇ ਆ, ਕਿਉਂਕਿ ਬਾਬਾ ਫਰੀਦ ਨਰਹੜ ਜਾਂਦੇ ਸੀਗੇ, ਨਰਹੜ ਜਾ ਕੇ ਰਹਿੰਦੇ ਸੀ ਕੁਝ ਸਮਾਂ, ਅਤੇ ਉੱਥੋਂ ਦੇ ਲੋਕ ਰਾਜਸਥਾਨੀ ਬੋਲਦੇ ਸੀ। ਮੋਈਨੁੱਦੀਨ ਚਿਸ਼ਤੀ, ਜਿਹੜਾ ਖੁਦ ਆਪ ਬੜਾ ਵੱਡਾ ਸਕਾਲਰ ਸੀ, ਜਿਹੜਾ ਅਰਬੀ ਫਾਰਸੀ ਦਾ ਸਕਾਲਰ ਸੀ, ਜਿਹਨੇ ਹਿੰਦੁਸਤਾਨ ਦੀ ਜ਼ਬਾਨ ਸੰਸਕ੍ਰਿਤ ਸਿੱਖੀ, ਪਰ ਉਹਨੇ ਆਮ ਲੋਕਾਂ ਨੂੰ ਗੱਲ ਸਮਝਾਉਣ ਲਈ ਰਾਜਸਥਾਨੀ ਵਿੱਚ ਲਿਖਿਆ। ਮੈਂ ਕਹਿਣਾ ਕੀ ਚਾਹੁੰਦਾ, ਮੈਂ ਕਹਿਣਾ ਇਹ ਚਾਹੁੰਦਾ ਕਿ ਭਾਸ਼ਾ ਜਿਹੜੀ ਆ, ਭਾਸ਼ਾ ਦੇ ਨਾਲ ਇੱਕ ਸਿਆਸਤ ਜੁੜੀ ਹੁੰਦੀ ਆ।
ਅਲੀਟ ਕਲਾਸਾਂ ਉੱਪਰਲੀਆਂ ਜਮਾਤਾਂ ਦੀ ਭਾਸ਼ਾ ਵੀ ਹੋਰ ਹੁੰਦੀ ਆ। ਇਸੇ ਕਰਕੇ ਬਾਬਾ ਨਾਨਕ ਕਬੀਰ ਇਹ ਵਾਰ ਵਾਰ ਆਪਣੇ ਵੇਲੇ ਦੇ ਪੰਡਤਾਂ ਨੂੰ ਮਲਾਣਿਆਂ ਨੂੰ ਕਹਿ ਰਹੇ ਨੇ ਕਿ ਤੇਰੀ ਸਾਡੇ ਨਾਲ ਸੁਲਾਹ ਹੋ ਹੀ ਨਹੀਂ ਸਕਦੀ। ਜਦੋਂ ਕਬੀਰ ਕਹਿ ਰਿਹਾ ਕਿ ਤੇਰਾ ਮੇਰਾ ਮਨੂਆ ਕੈਸੇ ਇੱਕ ਹੋਈ ਦੇ, ਮੈਂ ਕਹਿਤਾ ਹੂੰ ਅੰਖ ਦੇਖੀ ਤੂੰ ਕਾਗਜ਼ ਕੀ ਲਿਖੀ ਦੇ, ਜਾਂ ਜਦੋਂ ਕਬੀਰ ਕਹਿ ਰਿਹਾ ਕਿ ਕਾਜੀ ਤੋਹੇ ਬੁਰੇ ਬਣ ਨਾ ਆਏ, ਤਾਂ ਉਹਦਾ ਕਾਰਨ ਕੀ ਆ? ਕਾਰਨ ਇਹੀ ਨਹੀਂ ਵੀ ਉਹਨੂੰ ਕਾਜੀ ਭੈੜਾ ਲੱਗਦਾ ਆ, ਕਾਰਨ ਇਹ ਆ ਕਿ ਕਾਜੀ ਅਤੇ ਪੁਜਾਰੀ ਆਪਣੇ ਵੇਲੇ ਦੀ ਸਟੇਟ ਦੇ ਹੱਕ 'ਚ ਭੁਗਤਦੇ ਆ। ਨਤੀਜਾ ਕੀ ਹੁੰਦਾ ਆ ਕਿ ਉਹ ਲੋਕਾਂ ਨੂੰ ਸੱਤਾ ਦੇ ਗੁਲਾਮ ਬਣਾਉਂਦੇ ਆ। ਇਸ ਕਰਕੇ ਉਹ ਕਹਿੰਦਾ ਮੈਂ ਨਾ ਤੇਰੀ ਬੋਲੀ ਬੋਲਣੀ ਆ, ਨਾ ਮੇਰੀ ਤੇਰੇ ਨਾਲ ਕੋਈ ਸਾਂਝ ਹੋ ਸਕਦੀ ਆ। ਉਹਦਾ ਰੀਜ਼ਨ ਦੇਖਦਾ ਕਿ ਤੁਮ ਤੋਂ ਜਾਚੇ ਭੂਪਤ ਰਾਜੇ ਹਰਸਿਓ ਮੋਰ ਧਿਆਨਾ, ਤੈਨੂੰ ਰਾਜੇ ਚੰਗੇ ਲੱਗਦੇ ਆ, ਮੈਨੂੰ ਪਰਮਾਤਮਾ ਚੰਗਾ ਲੱਗਦਾ ਆ। ਜਾਂ ਜਦੋਂ ਗੁਰੂ ਅਰਜਨ ਦੇਵ ਕਹਿੰਦੇ ਆ ਕਿ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਚਿੱਤ ਚਰਨ ਕਮਲ ਪ੍ਰਤਿ ਪਾਰੇ, ਉਹਦਾ ਕਾਰਨ ਸੀ, ਇੱਕ ਬੜਾ ਸਪਸ਼ਟ ਕਾਰਨ ਆ ਕਿ ਮੈਂ ਨਾ ਰਾਜ ਦੀ ਬੋਲੀ ਬੋਲ ਸਕਦਾ ਹਾਂ, ਨਾ ਮੈਨੂੰ ਰਾਜ ਚਾਹੀਦਾ ਆ, ਨਾ ਮੈਨੂੰ ਉਹ ਮੁਕਤੀ ਚਾਹੀਦੀ ਜਿਹੜੀ ਬ੍ਰਾਹਮਣ ਤੋਂ ਆਉਂਦਾ ਆ। ਮੈਂ ਤਾਂ ਲੋਕਾਂ 'ਚ ਰਹਿ ਕੇ ਲੋਕਾਂ ਦੇ ਦਰਸ ਕਰਕੇ ਮੇਰੀ ਮੁਕਤੀ ਇਸੇ ਵਿੱਚ ਹੀ ਆ। ਮਨ ਤੂੰ ਜੋਤ ਸਰੂਪ ਹੈ ਆਪਣਾ ਰੂਪ ਛਾਂ, ਬਿਲਕੁਲ। ਇਸੇ ਕਰਕੇ ਵਾਰ ਵਾਰ ਇਸ ਗੱਲ ਕੇ ਇਸਲਾਮ ਦਾ ਜਿਹੜਾ ਬਹਿਤਲ ਵਜੂਦ ਦਾ ਫਲਸਫਾ ਸੀ ਅਤੇ ਜਿਹੜਾ ਸਾਡਾ ਵਿਦਾਂਤ ਦਾ ਬ੍ਰਹਮਸਵੀ ਦਾ ਫਲਸਫਾ ਸੀ, ਉਹ ਕਹਿੰਦੇ ਇਹੀ ਆ ਕਿ ਰੱਬ ਤੇ ਤੋਂ ਬਾਹਰ ਨਹੀਂ, ਰੱਬ ਨੂੰ ਲੱਭਣ ਵਾਸਤੇ ਕਿਤੇ ਹੋਰ ਜਾਣ ਦੀ ਲੋੜ ਨਹੀਂ। ਜੇ ਰੱਬ ਤੇਰੇ ਅੰਦਰ ਆ ਤਾਂ ਫਿਰ ਸਾਨੂੰ ਵਿਚੋਲੇ ਦੀ ਕਿਉਂ ਲੋੜ ਆ? ਫਿਰ ਸਾਨੂੰ ਪੰਡਿਤ ਦੀ ਕਿਉਂ ਲੋੜ ਆ? ਫਿਰ ਸਾਨੂੰ ਪੁਜਾਰੀ ਦੀ ਕਿਉਂ ਲੋੜ ਆ? ਸਾਨੂੰ ਮਲਾਣੇ ਦੀ ਕਿਉਂ ਲੋੜ ਆ? ਇਸ ਕਰਕੇ ਗੁਰੂ ਸਾਹਿਬ ਨੇ ਅਤੇ ਭਗਤਾਂ ਨੇ ਅਤੇ ਸੂਫੀਆਂ ਨੇ ਜਿੱਥੇ ਰਾਜ ਸੱਤਾ ਦਾ ਵਿਰੋਧ ਕੀਤਾ, ਉੱਥੇ ਪੁਜਾਰੀ ਵਰਗ ਦਾ ਵਿਰੋਧ ਵੀ ਕੀਤਾ, ਅਤੇ ਉੱਥੇ ਉਹਨਾਂ ਧਾਰਮਿਕ ਗ੍ਰੰਥਾਂ ਦਾ ਵਿਰੋਧ ਵੀ ਕੀਤਾ ਸੀ ਜਿਹੜੇ ਲੋਕਾਂ ਨੂੰ ਪੁੱਠੀ ਪੱਟੀ ਪੜ੍ਹਾਉਂਦੇ ਸੀ। ਇਸੇ ਕਰਕੇ ਕਿਹਾ ਕਿ ਤੁਸੀਂ ਵੇਦ ਨੂੰ ਸਮਝ ਕੇ ਪੜ੍ਹਨਾ। ਜਦੋਂ ਬਾਬਾ ਕਬੀਰ ਇਹ ਕਹਿ ਰਿਹਾ, ਭਗਤ ਕਬੀਰ ਇਹ ਕਹਿ ਰਿਹਾ ਕਿ ਝੂਠਾ ਵੇਦ ਨਾ ਆਖੀਏ, ਝੂਠਾ ਜੋ ਨਾ ਪਹਿਚਾਣੇ, ਜਿਹੜਾ ਵੇਦ ਦਾ ਮਰਮ ਨਹੀਂ ਸਮਝਦਾ ਉਹ ਝੂਠਾ ਆ। ਜਾਂ ਜਦੋਂ ਬਾਬਾ ਨਾਨਕ ਇਹ ਕਹਿ ਰਿਹਾ ਕਿ ਵੇਦ ਪ੍ਰਾਣ ਸਿਮਰਤ ਸਭੇ ਪੋਥੀਆਂ, ਗਿਆਨ ਬਿਨਾਂ ਸਭ ਗੱਲੀ ਥੋਥੀਆਂ, ਸੋ ਉਹਨਾਂ ਨੇ ਸਨਾਤਨੀ ਗਿਆਨ ਨੂੰ ਰੱਦ ਕੀਤਾ, ਸਨਾਤਨੀ ਪੂਜਾ ਵਿਧੀਆਂ ਨੂੰ ਰੱਦ ਕੀਤਾ, ਸੱਤਾ ਨੂੰ ਰੱਦ ਕੀਤਾ ਅਤੇ ਸੱਤਾ ਦੇ ਦਲਾਲ ਬਣੇ ਹੋਏ ਆਪਣੇ ਵੇਲੇ ਦੇ ਪੁਜਾਰੀਆਂ ਨੂੰ ਰੱਦ ਕੀਤਾ। ਅੱਜ ਵੀ ਇਹੀ ਕੁਛ ਹੋ ਰਿਹਾ ਆ। ਅੱਜ ਸੱਤਾ ਅਤੇ ਪੁਜਾਰੀ ਇਕੱਠੇ ਨੇ, ਚਾਹੇ ਉਹ ਡੇਰਾ ਸੱਚਾ ਸੌਦਾ ਹੋਵੇ, ਚਾਹੇ ਹੋਰ ਡੇਰੇ ਹੋ। ਜੀ ਜੀ ਬਿਲਕੁਲ, ਆਪਾਂ ਇਹ ਗੱਲਬਾਤ ਕਰ ਰਹੇ ਹਾਂ ਪਰ ਅੰਤ ਦੇ ਵਿੱਚ ਮੈਂ ਤੁਹਾਤੋਂ ਇੱਕ ਗੱਲ ਜ਼ਰੂਰ ਪੁੱਛਣਾ ਚਾਹਾਂਗੀ, ਕਿਉਂਕਿ ਉਸਦੇ ਬਾਰੇ ਵੀ ਕਈ ਇੱਕ ਭੰਬਲ ਭੁਸਾ ਹੈਗਾ ਹੈ ਕਿ ਜਿਹੜੇ ਬਾਬਾ ਸ਼ੇਖ ਫਰੀਦ ਦੇ ਬਾਰੇ ਜਦੋਂ ਵੀ ਕੋਈ ਫੋਟੋ ਆਪਾਂ ਦੇਖਦੇ ਹਾਂ ਤਾਂ ਉਹਨਾਂ ਦੀ ਇੱਕ ਫੋਟੋ ਹੁੰਦੀ ਹੈ ਜਿਹਦੇ ਵਿੱਚ ਆਪਣੀ ਅੱਖ ਦੇ ਵੱਲ ਉਂਗਲ ਕਰ ਰਹੇ ਨੇ ਅਤੇ ਨਾਲ ਦੀ ਨਾਲ ਚੁੰਡਿਆ ਪਿਆ ਉਹਨਾਂ ਦਾ ਸਰੀਰ ਅਤੇ ਹੇਠਾਂ ਉਹਦੇ ਲਿਖਿਆ ਹੁੰਦਾ ਕਾਗਾ ਕਰੰਗ ਡੰਟੋਲਿਆ ਸਗਲਾ ਖਾਇਆ ਮਾਸ ਇਸ ਦੋਏ ਨੈਣਾ ਮਤ ਛੋ ਪਰ ਫਿਰ ਦੇਖਣ ਕੀ ਆਸ। ਸਾਡੇ ਬਹੁਤ ਸਾਰੇ ਚਿੱਤਰਕਾਰਾਂ ਨੇ ਇਸ ਸ਼ਲੋਕ ਨੂੰ ਆਧਾਰ ਬਣਾ ਕੇ ਬਾਬੇ ਫਰੀਦ ਦੀਆਂ ਬੜੀਆਂ ਅਨਅਸਥੈਟਿਕ ਅਤੇ ਬੇਟਵੀਆਂ ਉਹਨਾਂ ਨੇ ਚਿੱਤਰ ਬਣਾਏ ਨੇ। ਹਾਂਜੀ, ਇੱਕ ਤਾਂ ਇਸਲਾਮ ਦੇ ਵਿੱਚ ਕਿਉਂਕਿ ਫੋਟੋ 'ਤੇ ਚਿੱਤਰ ਬਣਾ ਹੀ ਸੀ, ਇਸ ਕਰਕੇ ਸਾਡੇ ਕੋਲ ਬਹੁਤੇ ਦਰਵੇਸ਼ਾਂ ਦੇ ਸਾਨੂੰ ਚਿੱਤਰ ਨਹੀਂ ਮਿਲਦੇ। ਪਰ ਮੈਂ ਸਮਝਦਾ ਹਾਂ ਕਿ ਇਹ ਜਿਹੜਾ ਸ਼ਲੋਕ ਆ ਇਹ ਬਾਬੇ ਫਰੀਦ ਦੀ ਆਪਣੇ ਪਰਮਾਤਮਾ ਨਾਲ ਆਪਣੇ ਅਕੀਦੇ ਨਾਲ ਉਹਦੀ ਮੁਹੱਬਤ ਦੀ ਸਿਖਰ ਆ। ਮੁਹੱਬਤ ਇਸ ਤੱਕ ਪਹੁੰਚ ਗਈ ਆ ਕਿ ਉਹ ਕਾਹਨੂੰ ਇਹ ਕਹਿ ਰਿਹਾ ਕਿ ਮੇਰੀਆਂ ਇਹ ਦੋ ਅੱਖਾਂ ਨੂੰ ਨਾ ਛੇੜੀ ਕਿਉਂਕਿ ਮੈਨੂੰ ਅਜੇ ਵੀ ਆਪਣੇ ਪ੍ਰੀਤਮ ਨੂੰ ਮਿਲਣ ਦੀ ਆਸ ਆ। ਪਰ ਉਹਨਾਂ ਦੇ ਸਰੀਰ ਸੱਚਮੁੱਚ ਨਹੀਂ ਚੁਣਿਆ? ਨਹੀਂ ਨਹੀਂ, ਇਸ ਕਿਸਮ ਦੀ ਗੱਲ ਨਹੀਂ ਕਦੇ ਵੀ ਹੋਈ ਹੋਏਗੀ, ਕਿਉਂਕਿ ਬਾਬਾ ਫਰੀਦ ਜਿਹੜੇ ਹੈਗੇ ਆ ਉਹ ਬੜੇ ਵੱਡੇ ਦਾਨਸ਼ਵਰ ਨੇ। ਉਹ ਤਾਂ ਮੁਹੱਬਤ ਦਾ ਸਿਖਰ ਦੱਸ ਰਹੇ ਨੇ ਕਿ ਕਾਗਾ ਕਰਗ ਢੋਲਿਆ ਸਗਲਾ ਖਾਇਆ ਮਾਸ ਇਹ ਦੋ ਨੈਣਾ ਮਤ ਚੋ ਫਿਰ ਦੇਖਣ ਦੀ ਆਸ, ਆਪਣੇ ਪ੍ਰਭੂ ਨੂੰ ਆਪਣੇ ਪ੍ਰੇਮੀ ਨੂੰ ਆਪਣੇ ਇਸ਼ਟ ਨੂੰ ਮਿਲਣ ਦੀ ਇੱਛਾ ਦਾ, ਇਹ ਮੁਹੱਬਤ ਦੀ ਸਿਖਰ ਦਾ ਸ਼ੇਰ ਆ ਇਹ। ਇਹ ਬਾਬਾ ਫਰੀਦ ਦੇ ਤਿਆਗ ਨਾਲ ਜੋੜ ਕੇ ਨਹੀਂ ਸਮਝਣਾ ਚਾਹੀਦਾ, ਬਹੁਤ ਵਧੀਆ ਮੁਹੱਬਤ ਦੇ ਸਿਖਰ ਵਜੋਂ ਸਮਝਣ ਦੀ ਲੋੜ ਕੀਤੀ ਹੈ। ਬਿਲਕੁਲ ਬਿਲਕੁਲ, ਅੰਤ ਦੇ ਵਿੱਚ ਤੁਹਾਡਾ ਬਹੁਤ ਬਹੁਤ ਅਸੀਂ ਧੰਨਵਾਦ ਕਰਨਾ ਚਾਹਾਂਗੇ, ਤੁਸੀਂ ਬਹੁਤ ਵਧੀਆ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਮੈਂ ਬੇਟਾ ਤੁਹਾਡਾ ਵੀ ਧੰਨਵਾਦ ਕਰਨਾ ਚਾਹੁੰਦਾ ਤੇ ਖਾਸ ਤੌਰ ਤੇ ਜਸ ਪੰਜਾਬੀ ਦੇ ਜਿਹੜੇ ਵਿਊਅਰਸ ਨੇ, ਕਿਉਂਕਿ ਵਿਊਅਰਸ ਲਈ ਮੈਨੂੰ ਪੰਜਾਬੀ ਦਾ ਸ਼ਬਦ ਨਹੀਂ ਲੱਗਦਾ, ਮੈਂ ਦਰਸ਼ਕ ਕਹਾਂ ਕਿ ਸਰੋਤੇ ਕਹਾਂ ਜਾਂ ਦਰਸ਼ਕ ਸਰੋਤੇ ਕਹਾਂ, ਮੈਂ ਤੁਹਾਡਾ ਵੀ ਬਹੁਤ ਮਸ਼ਕੂਰ ਹਾਂ ਜਿਹੜੇ ਬਹੁਤ ਸਾਰੇ ਭਾਈਚਾਰੇ ਨਾਲ ਗੱਲਬਾਤ ਕਰਨ ਦਾ ਮੈਨੂੰ ਮੌਕਾ ਦਿੰਦੇ ਹੋ, ਧੰਨਵਾਦ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਟੂਡੀਓ 'ਚ ਆਉਣ ਲਈ ਜੀ। ਇਸ ਦੇ ਨਾਲ ਹੀ ਅੱਜ ਦੇ ਮੁੱਦੇ ਵਿੱਚ ਇੰਨਾ ਹੀ, ਫਿਰ ਹਾਜ਼ਰ ਹੋਵਾਂਗੇ ਇੱਕ ਨਵਾਂ ਵਿਸ਼ਾ ਲੈ ਕੇ। ਉਮੀਦ ਹੈ ਕਿ ਬਾਬਾ ਸ਼ੇਖ ਫਰੀਦ ਜੀ ਦੇ ਬਾਰੇ ਜਿਹੜੀ ਜਾਣਕਾਰੀ ਅੱਜ ਸਾਂਝੀ ਕੀਤੀ ਗਈ ਹੈ ਉਹਦੇ ਬਾਰੇ ਤੁਹਾਨੂੰ ਬਹੁਤ ਕੁਝ ਪਤਾ ਲੱਗਿਆ ਹੋਵੇਗਾ। ਇਸ ਦੇ ਨਾਲ ਹੀ ਅੱਜ ਦੇ ਮੁੱਦੇ ਵਿੱਚ ਇੰਨਾ ਹੀ, ਮੈਨੂੰ ਪੁਨੀਤ ਕੌਰ ਨੂੰ ਦਿਓ ਇਜਾਜ਼ਤ, ਫਿਰ ਹਾਜ਼ਰ ਹੋਵਾਂਗੇ ਨਵੇਂ ਵਿਸ਼ੇ ਦੇ ਨਾਲ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।